ਜਸ ਟੀਵੀ ਦੇਖ ਰਹੇ ਹੋ ਤੁਸੀਂ, ਮੈਂ KP ਸਿੰਘ ਤੁਹਾਡਾ ਸਵਾਗਤ ਕਰਦਾ। ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ, ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ, ਜਿਨ੍ਹਾਂ ਨੇ ਕ੍ਰਿਕਟ ਦੀ ਪੇਚ 'ਤੇ ਭਾਰਤ ਲਈ ਕਈ ਕਮਾਲ ਕੀਤੇ ਆ, ਉਸ ਤੋਂ ਬਾਅਦ ਇਹਨਾਂ ਨੇ ਆਪਣੀ ਬਿਆਨਬਾਜ਼ੀ ਵਿੱਚ ਕਈ ਕਮਾਲ ਕੀਤੇ ਹੈਗੇ ਆ। ਪਰ ਇਹਨਾਂ ਕਮਾਲਾਂ ਦੇ ਵਿਚਾਲੇ ਜਦੋਂ ਬਿਆਨ ਆ ਜਿਹੜਾ ਤੀਰ ਕਮਾਨ 'ਚੋਂ ਨਿਕਲ ਜਾਵੇ ਤਾਂ ਫਿਰ ਉਸ ਤੋਂ ਬਾਅਦ ਵਿਵਾਦ ਵੀ ਵਧੇ ਹੈਗੇ। ਨਵਜੋਤ ਸਿੰਘ ਸਿੱਧੂ ਦੇ ਕਈ ਬਿਆਨਾਂ 'ਤੇ ਵਿਵਾਦ ਹੋਇਆ, ਹੁਣ ਜਿਹੜਾ ਪੁਲਵਾਮਾ ਹਮਲੇ ਤੋਂ ਬਾਅਦ ਬਿਆਨ ਦਿੱਤਾ ਉਸ 'ਤੇ ਵਿਵਾਦ ਛਿੜਿਆ ਹੈਗਾ। ਉਸ ਵਿਵਾਦ ਤੋਂ ਬਾਅਦ ਲਗਾਤਾਰ ਡਿਬੇਟਸ ਹੋਈਆਂ, ਇੱਥੋਂ ਤੱਕ ਕਿ ਸਿੱਧੂ ਨੂੰ ਗਦਾਰ ਤੱਕ ਕਹਿ ਦਿੱਤਾ ਗਿਆ, ਦੇਸ਼ ਧਰੋਹੀ ਤੱਕ ਕਹਿ ਦਿੱਤਾ ਗਿਆ। ਇੱਥੋਂ ਤੱਕ ਇਹ ਵੀ ਮੰਗ ਉੱਠ ਗਈ ਕਿ ਨਵਜੋਤ ਸਿੰਘ ਸਿੱਧੂ ਨੂੰ ਦੇਸ਼ 'ਚੋਂ ਕੱਢ ਦਿਉ। ਅਤੇ ਇਸ ਦੇ ਵਿਚਾਲੇ ਮੀਡੀਆ ਦੀ ਕੀ ਭੂਮਿਕਾ ਰਹੀ ਹੈਗੀ, ਸਿਆਸਤ ਨੇ ਸਿਆਸੀ ਨਿਸ਼ਾਨੇ ਲਗਾਏ ਹੈਗੇ ਆ, ਅਤੇ ਨਵਜੋਤ ਸਿੰਘ ਸਿੱਧੂ ਦੇ ਦੇਸ਼ ਪ੍ਰੇਮ 'ਤੇ ਵੀ ਸਵਾਲ ਉੱਠ ਗਏ ਆ। ਅਸੀਂ ਇੱਕੋ ਸਵਾਲ ਪੁੱਛਾਂਗੇ, ਕਿਹੜੇ ਸਿਆਸੀ ਏਜੰਡੇ 'ਚ ਘਿਰੇ ਸਿੱਧੂ? ਸੱਚ ਪ੍ਰਤਾਰਿਤ ਹੋ ਸਕਦਾ, ਪਰਾਜਿਤ ਨਹੀਂ ਹੁੰਦਾ। ਤਾਂ ਮੈਂ ਸੱਚ ਦੀ ਰਾਹ 'ਤੇ ਹਾਂ, ਫੁੱਲ ਹੋਣ ਕੰਡੇ ਹੋਣ ਮੈਨੂੰ ਕਦੇ ਕੋਈ ਪਰਵਾਹ ਨਹੀਂ, ਆਪਣੇ ਬਿਆਨ ਤੇ ਕਾਇਮ ਆ। ਸਿੱਧੂ ਕਹਿੰਦੇ ਮੈਂ ਆਪਣੇ ਬਿਆਨ ਤੇ ਕਾਇਮ ਹੈਗਾ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕੀ ਸੀਗਾ, ਤੇ ਨਵਜੋਤ ਸਿੰਘ ਸਿੱਧੂ ਜਿਹੜੇ ਅੱਜ ਕੱਲ ਸ਼ੋਅ ਦੇ ਵਿੱਚ ਜਾਂਦੇ ਹੈਗੇ ਆ, ਤੇ ਉਸ ਸ਼ੋਅ ਦੇ ਵਿਚਾਲੋ ਉਹਨਾਂ ਨੂੰ ਬਾਹਰ ਕੱਢਣ ਦੀ ਮੰਗ ਵੀ ਟ੍ਰੋਲ ਹੋ ਰਹੀ ਹੈ। ਉਸ ਸਭ ਦੇ ਵਿਚਾਲੇ ਕਪਿਲ ਸ਼ਰਮਾ ਕੀ ਕਹਿੰਦੇ ਆ, ਨਵਜੋਤ ਸਿੰਘ ਸਿੱਧੂ ਕੀ ਕਹਿੰਦੇ ਆ, ਸਿਆਸਤਦਾਨਾਂ ਨੇ ਜੋ ਕੁਝ ਕਿਹਾ ਤੁਸੀਂ ਸਾਰਿਆਂ ਨੇ ਸੁਣਿਆ, ਨਵਜੋਤ ਸਿੰਘ ਸਿੱਧੂ ਤੇ ਕਪਿਲ ਸ਼ਰਮਾ ਨੂੰ ਵੀ ਸੁਣ ਲਓ। ਜਿਹੜਾ ਜ਼ਿੰਮੇਵਾਰ ਹੈ, ਜਿਹੜਾ ਜ਼ਿੰਮੇਵਾਰ ਹੈ ਉਹਦੀ ਭਰਪਾਈ ਹੋਣੀ ਚਾਹੀਦੀ। ਵੇਖੋ, ਕਦੇ ਵੀ ਜਾਨ ਲੈਣਾ ਕੋਈ ਸੋਲੂਸ਼ਨ ਨਹੀਂ ਬਣ ਸਕਦਾ। ਆਤੰਕਵਾਦ ਦਾ ਨਾ ਕੋਈ ਮਸਲ ਹੁੰਦਾ, ਨਾ ਕੋਈ ਜ਼ਾਤ ਹੁੰਦੀ ਹੈ, ਨਾ ਕੋਈ ਪਾਰਟੀ ਹੁੰਦੀ ਹੈ, ਨਾ ਕੋਈ ਦੇਸ਼ ਹੁੰਦਾ। ਜੋ ਕੁਛ ਹੈ ਇਟ ਇਜ਼ ਅ ਕਾਵਰਡਲੀ ਐਕਟ, ਮੈਂ ਕੜੀ ਨਿੰਦਾ ਕਰਦਾ ਸਰ ਇਸਦਾ। ਤੁਸੀਂ ਦੇਖੀਏ, ਮੈਂ ਅਗਰ ਤੋ ਇਹ ਆਤੰਕਵਾਦ ਕਾ ਮਸਲਾ ਹੱਲ ਹੋਤਾ ਹੈ ਤੋ ਹਮ ਖੁਦ ਸਿੱਧੂ ਜੀ ਕੋ ਰਿਕੁਐਸਟ ਕਰ ਦੇਤੇ ਕਿ ਆਪ ਚਲੇ ਜਾਓ। ਆਪਕੋ ਲਗਤਾ ਹੈ ਆਪ ਲੋਗ ਸਭ ਪੜ੍ਹੇ ਲਿਖੇ ਸਮਝਦਾਰ ਲੋਗ ਹੈ, ਸੋ ਮੁਝੇ ਲਗਤਾ ਹੈ ਯੇ ਪ੍ਰੋਪੇਗੈਂਡਾ ਹੋਤਾ ਹੈ, ਕੋਈ ਕੁਛ ਨਾ ਕੁਛ ਤੋ ਚਲਤਾ ਰਹਤਾ ਟਵਿੱਟਰ ਪੇ, ਔਰ ਮੈਂ ਇਨ ਸਭ ਚੀਜ਼ੋਂ ਸੇ ਦੂਰ ਰਹਤਾ ਹੂੰ। ਮੈਂ ਕੁਛ ਅੱਛੇ ਕਾਮ ਕਰਨੇ ਸ਼ੁਰੂ ਕੀਆ ਹੂੰ, ਤੋ ਆਪ ਲੋਗ ਮੁਝੇ ਸਪੋਰਟ ਕਰੋ, ਨਾ ਕਿ ਇਨ ਸਭ ਚੀਜ਼ੋਂ ਮੈਂ ਦੁਬਾਰਾ ਮੇਰਾ ਕੋਈ ਬਿਆਨ ਲੈ ਕੇ ਉਸ ਪੇ ਕੋਈ ਕੰਟਰੋਵਰਸੀ ਕਰੋ। ਸਵਾਲ ਕਿਉਂ ਪੁੱਛਾਂਗੇ, ਵੱਡਾ ਸਵਾਲ ਅਸੀਂ ਇਹ ਪੁੱਛਾਂਗੇ, ਪੁਲਵਾਮਾ ਹਮਲੇ ਤੇ ਨਵਜੋਤ ਸਿੰਘ ਸਿੱਧੂ ਵਾਲੀ ਸਿਆਸਤ ਦੇ ਨਿਸ਼ਾਨੇ ਤੇ ਕੀ ਹੈਗਾ, ਇਹ ਸਿਆਸਤ ਨੂੰ ਸਮਝਣ ਦੀ ਜ਼ਰੂਰਤ ਹੈ ਕੀ ਹੈ, ਇਸ ਸਿਆਸਤ ਦੇ ਸਵਾਲਾਂ 'ਤੇ ਅੱਜ ਇਹ ਸਵਾਲ ਪੁੱਛਿਆ ਜਾ ਰਿਹਾ, ਅਤੇ ਇਸ ਸਵਾਲ 'ਤੇ ਬਹਿਸ ਕਰਾਂਗੇ। ਪੈਨਲ ਸਾਡਾ ਮੌਜੂਦ ਹੈਗਾ, ਉਹਨਾਂ ਦਾ ਤੁਹਾਡਾ ਤਾਰਫ ਕਰਾ ਰਿਹਾ, ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ, ਸਿੱਖ ਬੁੱਧੀਜੀਵੀ ਨੇ, ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਤੁਹਾਡਾ ਬਹੁਤ ਸਵਾਗਤ ਹੈ, ਵਿਕਰਮਜੀਤ ਸਿੰਘ ਸੀਨੀਅਰ ਪੱਤਰਕਾਰ ਨੇ, ਵਿਕਰਮਜੀਤ ਤੁਹਾਡਾ ਬਹੁਤ ਸਵਾਗਤ ਹੈ, ਡਾਕਟਰ ਤਾਰਾ ਸੰਧੂ ਕਾਂਗਰਸ ਦੇ ਬੁਲਾ ਰਹੇ ਆ, ਸਿੰਦਰ ਸਿੰਘ ਗਿੱਲ ਸ਼੍ਰੋਮਣੀ ਅਕਾਲੀ ਦਲ ਬੁਲਾ ਰਿਹਾ, ਨੀਲ ਕਰਕਾਮ ਆਤੀ ਪਾਰਟੀ ਬੁਲਾ ਰਿਹਾ, ਸਾਰੇ ਬੁਲਾਰਿਆਂ ਦਾ ਸਵਾਗਤ ਕਰਦੇ ਹਾਂ। ਸਭ ਤੋਂ ਪਹਿਲਾਂ ਸਵਾਲ ਮੈਂ ਸਿਆਸਤ ਨੂੰ ਕਰਨਾ ਚਾਹੂੰਗਾ, ਹਾਂ ਜਾਂ ਨਾ 'ਚ ਜਵਾਬ ਦੇ ਦਿਓ ਪਹਿਲਾਂ, ਉਸ ਤੋਂ ਬਾਅਦ ਤੁਹਾਨੂੰ ਪੂਰਾ ਮੌਕਾ ਮਿਲੂਗਾ। ਡਾਕਟਰ ਤਾਰਾ ਸੰਧੂ, ਨਵਜੋਤ ਸਿੰਘ ਸਿੱਧੂ ਨੇ ਗਲਤ ਕਿਹਾ, ਸਹੀ ਕਿਹਾ, ਯੈਸ ਔਰ ਨੋ? ਤੁਸੀਂ ਅਰਵਿੰਦ ਕੇਜਰੀਵਾਲ ਦੀ ਲਾਈਨ ਤੋਂ ਪਾਸੇ ਹਟ ਗਏ, ਨਹੀਂ ਮੈਂ ਫਿਰ ਤੁਸੀਂ ਹਾਂ ਫਟਾਫਟ ਹੁਣ ਦੋ ਜਵਾਬ ਨਾ, ਮੌਕਾ ਦੇ ਰਿਹਾ ਤੁਹਾਨੂੰ। ਵੇਖੋ, ਜਿੱਥੋਂ ਤੱਕ ਜਦੋਂ ਸੰਬੰਧ ਹੁੰਦਾ ਦੋਸਤੀ ਦਾ ਤੇ ਮੁਲਕ ਦਾ, ਤਾਂ ਨੈਚੁਰਲੀ ਸਾਡੇ ਲਈ ਮੁਲਕ ਇੰਪੋਰਟੈਂਟ ਹੈਗਾ, ਔਰ ਸਾਡੇ ਨੈਸ਼ਨਲ ਕਨਵੀਨਰ ਨੇ ਕੱਲ ਬਿਲਕੁਲ ਕਲੀਅਰ ਕੀਤਾ ਹੈਗਾ ਕਿ ਇਸ ਵਕਤ ਜਿਹੜਾ ਬਿਆਨ ਦਿੱਤਾ ਹੈਗਾ ਨਵਜੋਤ ਸਿੰਘ ਸਿੱਧੂ ਨੇ ਉਹ ਗਲਤ ਹੈ, ਅਸੀਂ ਮੁਲਕ ਦੇ ਨਾਲ ਖੜੇ ਹਾਂ। ਪਰ ਮੈਂ ਇੱਥੇ ਇਹ ਵੀ ਚੀਜ਼ ਦੱਸਣਾ ਚਾਹੁੰਦਾ, ਜਦੋਂ ਸੇਮ ਵਰਡ ਜਿਹੜੇ ਹੈਗੇ ਆ ਰਾਜਨਾਥ ਸਿੰਘ ਜਿਹੜਾ ਪਾਰਲੀਮੈਂਟ ਦੇ ਵਿੱਚ ਕਹਿੰਦਾ, ਉਦੋਂ ਸੇਮ ਸ਼ਬਦਾਂ ਦੇ ਉੱਤੇ ਤਾੜੀਆਂ ਵੱਜਦੀਆਂ, ਤੇ ਕੀ ਹੁਣ ਉਹਨਾਂ ਦੇ ਅਰਥ ਬਦਲ ਗਏ ਉਹਨਾਂ ਸ਼ਬਦਾਂ ਦੇ? ਤੇ ਇਹ ਸਿਰਫ ਅਤੇ ਸਿਰਫ ਸਿਆਸਤ ਹੋ ਰਹੀ ਹੈ, ਔਰ ਇਹ ਜਿਹੜੀ ਸਿਆਸਤ ਹੈਗੀ ਹੈ ਬੀਜੇਪੀ ਨੂੰ ਤੇ ਅਕਾਲੀ ਦਲ ਨੂੰ ਸੂਟ ਕਰਦੀ ਹੈ, ਇਸ ਕਰਕੇ ਇਹ ਸਿਆਸਤ ਹੋ ਰਹੀ ਹੈ। ਤੁਸੀਂ ਨਵਜੋਤ ਸਿੰਘ ਦੇ ਨਾਲ ਖੜੇ ਹੋ? ਹੈ ਨਵਜੋਤ ਸਿੰਘ ਦੇ ਨਾਲ ਖੜੇ ਹੋ? ਅਸੀਂ ਉਸਦੇ ਬਿਆਨ ਦੇ ਨਾਲ ਨਹੀਂ ਖੜੇ, ਮੈਂ ਤਾਂ ਉਹੀ ਗੱਲ ਕਹਿ ਰਿਹਾ ਵਾਂ, ਨਵਜੋਤ ਸਿੰਘ ਸਿੱਧੂ ਐਜ਼ ਏ ਮੈਨ ਹੀ ਜੇ ਗੁੱਡ ਮੈਨ, ਔਰ ਬਿਲਕੁਲ ਯਾਨੀ ਕਿ ਨਿਰਵਿਵਾਦ ਹੋ ਰਿਹਾ ਹੈਗਾ। ਹਾਂ, ਉਹ ਬੜਬੋਲਾ ਹੈਗਾ, ਵੋਕਲ ਹੈਗਾ, ਕਈ ਵਾਰੀ ਬੋਲ ਜਾਂਦਾ ਹੈਗਾ, ਜਿਸ 'ਚੋਂ ਇਕੱਲੇ ਕਿਸੇ ਦਾ ਦੇਸ਼ ਨਹੀਂ ਹੁੰਦਾ। ਬਿਲਕੁਲ, ਤੁਸੀਂ ਮੈਨੂੰ ਦੱਸੋ, ਜਦੋਂ ਅਸੀਂ ਅੱਤਵਾਦ ਦੀ ਗੱਲ ਕਰਦੇ ਹਾਂ, ਅੱਤਵਾਦ ਦਾ ਕਿਹੜਾ ਧਰਮ ਹੈ, ਕਿਹੜੀ ਉਸਦੀ ਜਾਤੀ ਹੈਗੀ ਹੈ? ਕੁਛ ਨਹੀਂ ਹੈਗਾ, ਉਹਨੇ ਇੱਕ ਸ਼ਬਦ ਜਿਹੜਾ ਹੈਗਾ, ਅੱਤਵਾਦ ਦਾ ਕੋਈ ਦੇਸ਼ ਵੀ ਨਹੀਂਗਾ, ਦੇਸ਼ ਨਹੀਂ ਹੁੰਦਾ। ਅਸੀਂ ਸਾਰੇ ਜਾਣਦੇ ਹਾਂ ਪਾਕਿਸਤਾਨ ਜਿਹੜਾ ਹੈਗਾ ਉਹ ਅੱਤਵਾਦ ਦਾ ਪਿਤਾ ਹੈਗਾ, ਅੱਤਵਾਦ ਦੀ ਮਾਂ ਹੈਗੀ। ਸਿੱਧੂ ਦਾ ਇਹ ਬਿਆਨ ਗਲਤ ਸੀਗਾ? ਸਿੱਧੂ ਦਾ ਇਸ ਬਿਆਨ ਦਾ ਆਹ ਪਾਠ ਗਲਤ ਸੀ, ਆਹ ਪਾਠ ਗਲਤ ਸੀਗਾ ਜੀ। ਸਿੱਧਰ ਫਿਕਰ, ਕਿਹੜਾ ਪਾਠ ਗਲਤ ਲੱਗਾ ਤੁਹਾਨੂੰ? ਦੇਖੋ, ਉਹਦੇ ਸਾਰੇ ਪਾਠ ਹੀ ਗਲਤ ਸੀ। ਮੈਂ ਵਾਰੀ ਵਾਰੀ ਕਰਕੇ ਗਰਗ ਸਾਹਿਬ ਨੂੰ ਇੱਕ ਸਵਾਲ ਪੁੱਛ ਲੈਂਦਾ, ਜਦੋਂ ਉਹਨੇ ਕਿਹਾ ਵੀ 15 ਸਾਲ ਪਹਿਲਾਂ ਮਸੂਦ ਅਜ਼ਹਰ ਨੂੰ ਛੱਡਿਆ ਗਿਆ, ਕਿਉਂ ਛੱਡਿਆ ਗਿਆ? ਉਹਨੂੰ ਨਹੀਂ ਪਤਾ ਵੀ ਕਿਉਂ ਛੱਡਿਆ ਗਿਆ ਉਹਨੂੰ? ਹਾਫਿਜ਼ ਸਈਦ ਮਸੂਦ ਅਜ਼ਹਰ ਜਸ਼ੇ ਮੁਹੰਮਦ ਜ਼ਿੰਮੇਵਾਰੀ ਲੈ ਰਹੇ ਆ ਵੀ ਇਹ ਅਟੈਕ ਅਸੀਂ ਕੀਤਾ, ਉਹਨੂੰ ਇਹ ਨਹੀਂ ਪਤਾ ਵੀ ਉਹਨਾਂ ਦਾ ਟਿਕਾਣੇ ਕਿੱਥੇ ਹੈ, ਕਿਸ ਮੁਲਕ 'ਚ, ਇਹ ਨਹੀਂ ਪਤਾ ਉਹਨੂੰ ਕਿੱਥੋਂ ਤੁਸੀਂ ਮੰਨ ਲਵੋ। ਦੇਖੋ, ਜ਼ਾਤ ਨਹੀਂ ਟੈਰਰਿਜ਼ਮ ਦੀ, ਉਹ ਇਹ ਗੱਲਾਂ ਛੱਡੋ, ਇਹ ਇਸ਼ੂ ਇਹ ਨਹੀਂ ਹੈ। ਤੁਹਾਨੂੰ ਆਹ ਗੱਲ ਫਿੱਟ ਇਸ਼ੂ ਫਿੱਟ ਦੀ ਗੱਲ ਨਹੀਂ ਹੈ। KP ਜੀ, ਤੁਸੀਂ ਵੀ ਮੇਰੇ ਨਾਲ
सहमत होवोगे, हर हिंदुस्तानी इस गल समझदा है भी ये अटैक किसने करवाया ते कित्थों होया। हर एक बच्चे तो लैके सियाणा तक ये समझदा भी पाकिस्तान चो लोग रहिंदे है, पाकिस्तान च इहदी साजिशां हुंदियां है, फिर उन्हूं ठीक असली जामा दिता जांदा, ये सब नूं पता है। डाक्टर तारा संधू, डाक्टर संधू, कांग्रेस पार्टी सिद्धू दे इस बयान नूं एंडोर्स करती है? बिल्कुल जी, उन्होंने कहा कावर्ड कदम है ये, मैं इहदी निंदा करदा, टैररिज्म का कोई धर्म नहीं हुंदा, कोई देश नहीं हुंदा, होर इहदों वध की कह दे, जो निंदा ही कर दिती। एक गल जिहड़ा उहदा दूजा पार्ट है भी जी, इस सारे कुछ ते मतलब निंदा करन तों बाद हुण एक्शन तां पाकिस्तान ने लैणा ना, पाकिस्तान नूं सबूत, उह सबूत कहिंदे पिछले सबूत भी तां दित्ते आ, की पठानकोट वाले सबूत नहीं दिते? इदों वध की तुसीं 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 अग्गे लै के जा रहे हो बहस, मैं उत्थे नहीं लै के जा रहा, मैं सिर्फ नवजोत सिंह सिद्धू फोकस है मेरा। दसो, नवजोत सिंह सिद्धू दा विरोध पार्टी ने अंदरों तां ही नहीं कीता, राहुल गांधी जी दा बयान आया असी सरकार दे ते मिलिट्री दे नाल है, नंबर वन। पंजाब दे मुख्यमंत्री दा पाकिस्तान बारे एक अपना एक्सपीरियंस है, जदों उन्होंने ए रेज टू फार, ਉਹ ਤਾਂ ਅੱਜ ਤੋਂ ਵੱਡੇ ਵਰੇ ਕਾਰਗਿਲ ਦੇ ਯੁੱਧ ਤੋਂ ਬਾਅਦ। ਮੈਂ ਸਵਾਲ ਸਿੰਪਲ ਕਰਦਾ, ਸਵਾਲ ਸਿੰਪਲ ਕਰਦਾ, ਮੈਂ ਸਵਾਲ ਸਿੰਪਲ ਕਰਦਾ ਡਾਕਟਰ ਤਾਰਾ ਸੰਧੂ। ਅੱਛਾ, ਨਵਜੋਤ ਸਿੰਘ ਸਿੱਧੂ ਦੇ ਪੋਸਟਰਾਂ ਤੇ ਪੰਜਾਬ ਵਿੱਚ ਕਲਕ ਪੋਥੀ ਜਾ ਰਹੀ ਹੈ, ਤੁਸੀਂ ਉਹ ਮਾੜਾ ਜਿਹਾ ਮਹਾਤਮਾ ਗਾਂਧੀ ਦੇ ਬੁੱਤੇ ਹੋ ਗਿਆ ਸੀਗਾ, ਰਾਜੀਵ ਗਾਂਧੀ ਦੇ ਬੁੱਤੇ ਹੋ ਗਏ ਸੀ, ਉਦੋਂ ਤੁਰੰਤ ਐਕਸ਼ਨ ਲਿੱਤਾ ਸੀਗਾ, ਹੁਣ ਨਵਜੋਤ ਸਿੰਘ ਸਿੱਧੂ ਦੇ ਪੋਸਟਰਾਂ ਤੇ ਕਲਕ ਪੋਤਣ ਵਾਲਿਆਂ ਦੇ ਖਿਲਾਫ ਐਕਸ਼ਨ ਲੈ ਕਿਉਂ ਨਹੀਂ ਰਹੇ ਫਿਰ ਜੇ ਤੁਸੀਂ ਨਾਲ ਖੜੇ ਹੋ? ਨਹੀਂ, ਤੁਸੀਂ ਮੈਨੂੰ ਐਂ ਦੱਸੋ ਇਹ ਬੀਜੇਪੀ ਦਾ ਪ੍ਰੋਪਗੈਂਡਾ ਹੈ? ਨਹੀਂ, ਬੀਜੇਪੀ ਦਾ ਪ੍ਰੋਪਗੈਂਡਾ ਪੰਜਾਬ 'ਚ ਕਿਉਂ ਚੱਲ ਰਿਹਾ ਫਿਰ ਡਾਕਟਰ ਤਾਰਾ ਸੰਧੂ? ਪੰਜਾਬ 'ਚ ਕਿਉਂ ਚੱਲ ਰਿਹਾ? ਪੰਜਾਬ ਤੁਹਾਡੀ ਹਕੂਮਤ ਹੈ? ਨਹੀਂ ਨਹੀਂ, ਤੁਹਾਡੀ ਹਕੂਮਤ ਹੈ ਕਿ ਤੁਸੀਂ ਕਰਵਾ ਰਹੇ ਹੋ? ਨਹੀਂ ਨਹੀਂ, ਮੈਂ ਸਵਾਲ ਬੜਾ ਸਿੰਪਲ ਕਰ ਰਿਹਾ ਕਿ ਤੁਸੀਂ ਕਰਵਾ ਰਹੇ ਹੋ? ਤੁਸੀਂ ਹੱਕ ਵਿੱਚ ਹੋ ਨਵਜੋਤ ਸਿੰਘ ਸਿੱਧੂ ਦੇ ਪੋਸਟਰਾਂ ਤੇ ਕਲਕ ਪੋਤੀ ਜਾਵੇ? ਜਿਸ ਦਿਨ ਬਜਟ ਵਾਲੇ ਦਿਨ ਅੰਦਰ ਲੜਾਈ ਹੋਈ ਆ, ਕਿੰਨੇ ਬੰਦੇ ਕੋਲ ਨਾਲ ਖੜਾ ਸੀ ਨਵਜੋਤ ਸਿੰਘ? ਕੌਣ ਖੜਾ ਸੀ ਨਵਜੋਤ ਸਿੰਘ ਨਾਲ? ਕਮਾਲ ਹੋ ਗਈ ਜੀ। ਤੁਹਾਨੂੰ ਮੈਂ ਇੱਕੋ ਸਵਾਲ ਪੁੱਛਦਾ ਵੀ ਹਾਫਿਜ਼ ਸਈਦ ਮਸੂਦ ਅਜ਼ਹਰ ਕਿੱਥੇ ਰਹਿੰਦੇ? ਸਿਕੰਦਰ ਗਿੱਲ, ਮੈਂ ਆ ਰਿਹਾ ਇਹਨਾਂ ਦੇ ਪਤਾ ਹੀ ਲਾ ਰਿਹਾ ਤੁਹਾਡੇ ਬਿਆਨ ਤੇ ਆਊਂਗਾ ਮੈਂ। ਵਿਕਰਮਜੀਤ ਸਿੰਘ, ਨਵਜੋਤ ਸਿੰਘ ਸਿੱਧੂ ਦੇ ਪੋਸਟਰਾਂ ਤੇ ਕਾਲਕ ਪੋਤੀ ਗਈ, ਨਵਜੋਤ ਸਿੰਘ ਸਿੱਧੂ ਦੇ ਪੋਸਟਰਾਂ ਤੇ ਕਾਲਕ ਪੋਤੀ ਜਾ ਰਹੀ ਹੈ, ਨਵਜੋਤ ਸਿੰਘ ਸਿੱਧੂ ਦੇ ਬਿਆਨਾਂ ਤੇ ਅੱਜ ਵੀ ਵਿਵਾਦ ਜਾਰੀ ਹੈਗਾ। ਵਿਕਰਮਜੀਤ ਸਿੰਘ, ਨਵਜੋਤ ਸਿੰਘ ਸਿੱਧੂ ਦੇ ਬਿਆਨਾਂ ਦੇ ਵਿੱਚ ਇੱਕ ਪੱਤਰਕਾਰ ਨੂੰ ਗਲਤ ਕੀ ਲੱਗਦਾ? ਆਈ ਥਿੰਕ ਨਵਜੋਤ ਦੀ ਜਿਹੜੀ ਸਟੇਟਮੈਂਟ ਕਿ ਟੈਰਰਿਜ਼ਮ ਹੈਜ਼ ਨੋ ਕੰਟਰੀ ਇਜ਼ ਅ ਵੈਰੀ ਓਬਜੈਕਸ਼ਨੇਬਲ ਸਟੇਟਮੈਂਟ, ਠੀਕ ਹੈ, ਔਰ ਮੈਨੂੰ ਲੱਗਦਾ ਕਿ ਇਹ ਇੱਕ ਝੂਠ ਹੈ ਔਰ ਨਵਜੋਤ ਨੇ ਇੱਕ ਝੂਠ ਮਾਰਿਆ, ਕਿਉਂਕਿ ਪਾਕਿਸਤਾਨ ਇਜ਼ ਅ ਨੋਨ ਸੈਂਟਰ ਆਫ ਟੈਰਰਿਜ਼ਮ ਸਪੋਰਟਿੰਗ ਐਂਡ ਸ਼ੈਲਟਰਿੰਗ ਟੈਰਰਿਜ਼ਮ, ਔਰ ਇਹ ਸਿਰਫ ਇੰਡੀਆ ਨਹੀਂ ਕਹਿ ਰਿਹਾ, ਇਰਾਨ ਦੀ ਓਫਿਸ਼ਲ ਸਟੇਟਮੈਂਟ ਹੈ ਕਿ ਪਾਕਿਸਤਾਨ ਸ਼ੈਲਟਰ ਕਰ ਰਿਹਾ, ਅਫਗਾਨਿਸਤਾਨ ਦੀ ਓਫਿਸ਼ਲ ਸਟੇਟਮੈਂਟ ਹੈ ਕਿ ਪਾਕਿਸਤਾਨ ਅਫਗਾਨਿਸਤਾਨ ਤਾਲਿਬਾਨ ਦੇ ਸਾਰੇ ਲੀਡਰਾਂ ਨੂੰ ਸ਼ੈਲਟਰ ਕਰ ਰਿਹਾ। ਤੁਸੀਂ ਆਹ ਤੱਕ ਦੇਖੋ ਕਿ ਅਮੈਰੀਕਾ ਦੇ ਓਸਾਮਾ ਬਿਨ ਲਾਡਨ ਅਬੋਟਾਬਾਦ ਪਾਕਿਸਤਾਨੀ ਆਰਮੀ ਦੀ ਪ੍ਰੋਟੈਕਸ਼ਨ ਦੇ ਅੰਡਰ ਛੁਪੇ ਹੋਏ ਸੀ। ਸੋ ਆਈ ਥਿੰਕ ਨਵਜੋਤ ਸਿੱਧੂ ਦੀ ਇਹ ਬਿਲਕੁਲ ਗਲਤ ਸਟੇਟਮੈਂਟ ਹੈ, ਔਰ ਮੈਨੂੰ ਲੱਗਦਾ ਕਿਤੇ ਨਾ ਕਿਤੇ ਉਹਨਾਂ ਦੀ ਜਿਹੜੀ ਇਮਰਾਨ ਖਾਨ ਨਾਲ ਦੋਸਤੀ ਹੈ, ਜੋ ਉਹਨਾਂ ਦਾ ਕਰਤਾਰਪੁਰ ਦਾ ਇਨੀਸ਼ੀਏਟਿਵ ਲਿੱਤਾ ਨਵਜੋਤ ਨੇ, ਉਹ ਕਿਤੇ ਨਾ ਕਿਤੇ ਉਹਨਾਂ ਦੇ ਮਾਇੰਡ 'ਤੇ ਹਾਵੀ ਪਿਆ। ਐਟ ਦਾ ਸੇਮ ਟਾਈਮ ਇਹ ਜਿਹੜਾ ਨਵਜੋਤ 'ਤੇ ਅਟੈਕ ਹੋ ਰਿਹਾ, ਪੋਲੀਟੀਕਲ ਅਟੈਕ ਜਿਹੜਾ ਹੋ ਰਿਹਾ, ਇਹਦੇ ਦੋ ਮੇਨ ਮਕਸਦ ਨੇ। ਇੱਕ, ਕਾਂਗਰਸ ਦੇ ਵਿੱਚ ਜਿਹੜੀ ਰਾਈਵਲਰੀ ਕੈਪਟਨ ਅਮਰਿੰਦਰ ਨਾਲ ਚੱਲ ਰਹੀ ਹੈ। ਦੂਜਾ, ਨਵਜੋਤ ਇੱਕ ਸਟਾਰ ਕੈਂਪੇਨਰ ਨੇ ਲੋਕ ਸਭਾ ਇਲੈਕਸ਼ਨ ਲਈ, ਔਰ ਉਹਨਾਂ ਨੇ ਆਪਣੀ ਇਫੈਕਟਿਵਨੈਸ ਤਿੰਨ ਵੱਡੀਆਂ ਅਸੈਂਬਲੀ ਸ਼ੋਅ ਕੀਤੀ ਹੈ। ਉਹਦੇ 'ਤੇ ਅਟੈਕ ਕਰਨ ਲਈ ਇਹਨਾਂ ਨੇ ਇਹ ਮੁੱਦਾ ਉਛਾਲ ਰਹੇ ਨੇ। ਔਰ ਤੀਜੀ, ਸਭ ਤੋਂ ਇੰਪੋਰਟੈਂਟ ਗੱਲ ਜੋ ਸਾਨੂੰ ਆਈ ਥਿੰਕ ਜੀਓਪੋਲੀਟੀਕਲ ਲੈਵਲ 'ਤੇ ਦੇਖਣਾ ਪਏਗਾ, ਕਿ ਇਹ ਜਿਹੜਾ ਕਰਤਾਰਪੁਰ ਇਨੀਸ਼ੀਏਟਿਵ ਹੈ, ਇਹਦੇ ਵਿੱਚ ਇੰਡੀਆ ਵਿੱਚ ਬੜੀਆਂ ਵੱਡੀਆਂ ਵੱਡੀਆਂ ਤਾਕਤਾਂ ਬੈਠੀਆਂ ਨੇ, ਪੋਲੀਟੀਕਲ ਫੋਰਸਿਸ, ਜੋ ਕਰਤਾਰਪੁਰ ਕੋਰੀਡੋਰ ਨੂੰ ਦਿਲੋਂ ਨਹੀਂ ਚਾਹੁੰਦੀਆਂ ਨੇ। ਉਹ ਨਵਜੋਤ ਨੂੰ ਅਟੈਕ ਕਰਕੇ ਆਪਣੇ ਸੋਸ਼ਲ ਮੀਡੀਆ ਟ੍ਰੋਲਰਸ, ਉਹਨਾਂ ਦੇ ਜਿਹੜੇ ਪ੍ਰੋਪਗੈਂਡਿਸਟ ਨੇ, ਤੇ ਸਿਆਸਤ ਕਰਕੇ ਵਿਕਰਮਜੀਤ ਕਰਤਾਰਪੁਰ ਲਾਂਘਾ ਨਿਸ਼ਾਨੇ ਤੇ ਹੈ, ਮਿਸ਼ਨ 2019 ਨਿਸ਼ਾਨੇ। ਯੈਸ, ਨਵਜੋਤ ਕਰਤਾਰਪੁਰ ਨਿਸ਼ਾਨਾ ਤੇ ਹੈ, 2019 ਵੀ ਨਿਸ਼ਾਨਾ। ਇੱਕ ਛੋਟਾ ਬ੍ਰੇਕ ਲਵਾਂਗੇ, ਬ੍ਰੇਕ ਤੋਂ ਵਾਪਸ ਆਵਾਂਗੇ। ਪੁਲਵਾਮਾ ਸਿੱਧੂ ਤੇ ਪ੍ਰੋਪਗੈਂਡਾ, ਅਸਲ ਵਿੱਚ ਮਸਲਾ ਹੈ ਕੀ ਹੈ, ਜੇ ਨਵਜੋਤ ਸਿੰਘ ਸਿੱਧੂ ਨੇ ਬਿਆਨ ਦਿੱਤਾ ਹੈਗਾ ਤੇ ਉਸ ਬਿਆਨ ਦੇ ਵਿਚਾਲੇ ਇਹ ਜਿਹੜੀ ਕੁੜੱਤਨ ਦਿਖਾਈ ਜਾ ਰਹੀ ਹੈਗੀ, ਸਿਆਸੀ ਕੁੜੱਤਨ, ਉਸ ਦੇ ਵਿਚਾਲੇ ਸਿੱਧੂ ਕਿੱਥੇ ਜਾ ਕੇ ਕਰਦੇ ਹੈ ਕੀ ਹੈ, ਜਿਹੜਾ ਦੇਸ਼ ਵਾਲਾ ਬਿਆਨ ਹੈਗਾ ਸਿੱਧੂ ਦਾ, ਉਸ 'ਤੇ ਸਵਾਲ ਚੁੱਕੇ ਜਾ ਰਹੇ ਹੈ। ਸਵਾਲ ਚੁੱਕਣੇ ਕਿੰਨੇ ਕੁ ਵਾਜਬ ਹੈਗੇ ਆ, ਜੋ ਪੁਲਵਾਮਾ ਹਮਲੇ ਤੋਂ ਬਾਅਦ ਕਾਰਵਾਈ ਕਰਨੀ ਕੀ ਚਾਹੀਦੀ ਸੀ ਅਤੇ ਕੀਤੀ ਕੀ ਗਈ ਹੈ, ਨਵਜੋਤ ਸਿੰਘ ਸਿੱਧੂ ਦੇ ਖਿਲਾਫ ਸਿਆਸਤ ਕਰਕੇ ਹਾਸਲ ਹੋਵੇਗਾ ਕੀ? ਬ੍ਰੇਕ ਤੋਂ ਵਾਪਸ ਆ, ਅਸੀਂ ਇੱਕੋ ਸਵਾਲ ਪੁੱਛ ਰਹੇ ਹਾਂ, ਪੁਲਵਾਮਾ ਹਮਲੇ 'ਤੇ ਨਵਜੋਤ ਸਿੰਘ ਸਿੱਧੂ ਵਾਲੀ ਸਿਆਸਤ ਦੇ ਨਿਸ਼ਾਨੇ 'ਤੇ ਕੀ ਹੈ? ਡਾਕਟਰ ਢਿੱਲੋਂ, ਨਵਜੋਤ ਸਿੰਘ ਸਿੱਧੂ ਦੇ ਇਸ ਬਿਆਨ 'ਤੇ
देश वाला जड़ा सवाल हैगा उस पर इतराज हैगा, पोलीटिकल पार्टीज ने इतराज जताया हैगा, तो विक्रमजीत हरी भी गल कह रहे हैं। मेरा सवाल हैगा नवजोत सिंह सिद्धू अपने बयान पर स्टैंड क्यों करते पे? फिर देखो नवजोत सिंह सिद्धू विक्टम ऑफ सरकमस्टांसिस हैगा, हालात इस किस्म के इस मुल्क दे विच थोड़ी जी भी तुसी उन्होंने पॉइंट ऑफ व्यू तो जिहड़े एक्सट्रीमिस्ट हैगे आ राइट विंग हिंदू एक्सट्रीमिस्ट उन्होंने पॉइंट ऑफ व्यू तो थोड़ा जिहा हट के गल करोगे ना तो थोनू मतलब वो इस तरीके टारगेट करे कि थोनू मतलब ह्यूमिलेट भी करे, थोनू हर्ट भी करे, थोनू इंसल्ट भी करे, हर तरीके डिमोलिश करन की कोशिश करे जो की जा रही है। नवजोत सिंह सिद्धू ने उसने कोई क्राइम नहीं कमिट किया, जे उसने इस किस्म की गल की है गेट ए केस रजिस्टर्ड अगेंस्ट हिम एंड गिव हिम ए फेयर ट्रायल टू प्रोटेक्ट हिमसैल्फ और टू डिफेंड हिमसैल्फ। ये सारी चीज़ जी मोदी की जी हिंदू अथवा पॉलिटिक्स आ उसकी प्रोजेक्शन हैगी आ कि इस विक्टम बनाया जाए, जिमें इन्होंने कहा क्योंकि ही वॉज़ ए स्टार कंपेनर और ही वॉज अट्रैक्टिंग द क्राउड्स एंड क्राउड्स एंड क्राउड्स एवरीवेयर। और अकाली भाजपा करनी है विक्रमजीत हरा ने भी गल कही है जेड़ा देश वाला सवाल उन्होंने किया है बयान दिता नहीं देना चाहिए फिर कला मोदी मोदी सिद्धू विरोधी क्यों कह रहे हो? देखो मोदी उन्होंने अखा रटकदा सी करतारपुर लांघे तो लैके और वो जो सारी कैंपेन उसने की और कंपेन की बहुत ज़्यादा अट्रैक्शन हुई, बड़ी क्राउड पुल की उसने और उसकी गल सुनी गई बाई एंड लार्ज इन्हें तिना स्टेटा जिते जीती है कांग्रेस, वो चीज़ उन्होंने बहुत ज़्यादा रड़कती सी। हुण उन्होंने उसनू बहाना बना के इसनू टारगेट करना ही सिद्धू राहुल गांधी तो वड्डे हो गए। मैं किसी नहीं कहता कौन किसी तो वड्डा हो गया कौन किसी तो छोटा हो गया, पॉलिटिक्स दे विच कोई वड्डा नहीं हुंदा कोई छोटा नहीं हुंदा, बट ही इज़ एन इंपॉर्टेंट परसन इन कांग्रेस पॉलिटिक्स एंड इंडियन पॉलिटिक्स आलसो नवजोत सिंह सिद्धू। तो उसनू मतलब एक तरीके दे नाल इस किस्म का प्रोजेक्शन दिता जा रहा कि उसनू एवरीबडी मे थिंक दैट ही इज़ प्रो टेररिस्ट, ही इज़ एंटी इंडिया, ही इज़ एंटी नैशनल। कोई भी बंदा जिहड़ा मोदी की किसी भी पॉलिटिक्स नू अपोज करता है ही इज़ एंटी इंडिया एंटी नैशनल, he is a terrorist, he is a militant। main aa raha vikram ji vikram ji sindhagel akali bhajpa di namandi karde ho tusi, mera sawal bada simple hai siddhu nu kehda certificate dena chahunde ho tusi? ਇਹੀ ਨਵਜੋਤ ਸਿੰਘ ਸਿੱਧੂ ਆ ਜਦੋਂ ਕ੍ਰਿਕਟ ਦੀ ਪਿੱਚ ਤੇ ਛੱਕੇ ਮਾਰਦਾ ਸੀ ਤੁਸੀਂ ਲੋਕ ਤਾੜੀਆਂ ਮਾਰਦੇ ਸੀਗੇ ਤੇ ਹੁਣ ਤੁਸੀਂ ਨਵਜੋਤ ਸਿੰਘ ਸਿੱਧੂ ਨੂੰ ਗਦਾਰ ਦੱਸਦੇ ਪਿਆ? ਉਦੋਂ ਉਹਨੇ ਦੇਸ਼ ਦਾ ਨਾਮ ਉੱਚਾ ਕੀਤਾ ਖੇਡਾਂ ਵਿੱਚ ਇਹ 'ਚ ਕੋਈ ਸ਼ੱਕ ਨਹੀਂ ਤੇ ਹੁਣ ਤੁਹਾਡੇ ਵਿਰੁੱਧ ਸਿੱਧੂ ਬੋਲਦਾ ਸੀ ਤੁਹਾਨੂੰ ਬੋਲਦਾ ਸੀ ਉਹਦੀ ਹਰ ਇੱਕ ਲੈਂਗੁਏਜ ਤੇ ਬੜਾ ਕੰਟਰੋਲ ਸੀ ਭਾਵੇਂ ਹਿੰਦੀ ਪੰਜਾਬੀ ਇੰਗਲਿਸ਼ ਪਰ ਉਸ ਬੰਦੇ ਨੇ ਹਉਮੈ ਹੰਕਾਰ ਚਾ ਕੇ ਆਪਣਾ ਤੁਸੀਂ ਸ਼ਾਇਦ ਨਵਜੋਤ ਸਿੰਘ ਸਿੱਧੂ ਨੂੰ ਜ਼ਿਆਦਾ ਸੁਣਿਆ ਨਹੀਂ ਉਹਨੇ ਸਿੱਧੂ ਕ੍ਰਿਕਟ ਖੇਡਦੇ ਵਕਤ ਬਹੁਤ ਹੀ ਘੱਟ ਸੀਗੇ ਉਹਨੇ ਮੈਂ ਹੁਣ ਦੀ ਗੱਲ ਐਕਸ਼ਨ ਜ਼ਿਆਦਾ ਸੀ ਸੁਣ ਰਹੇ ਐਕਸ਼ਨ ਜ਼ਿਆਦਾ ਸੀ ਉਹ ਤਾਂ ਉਹਨੂੰ ਕਹਿੰਦੇ ਬੜੇ ਸ਼ਾਹੀ ਅਸ਼ਾਰੇ ਆ ਆਪਣੀ ਗੱਲ ਬੋਲੀ ਜਾਣੀ ਆ ਕਿਉਂਕਿ ਤੁਸੀਂ ਵਿੱਚ ਟੋਕ ਦਿੰਦੇ ਹੋ ਟੋਕਣਾ ਪਊਗਾ ਅੱਜ ਮੈਨੂੰ ਨਹੀਂ ਮੇਰੀ ਕੋਈ ਗੱਲ ਹੈ ਹੀ ਨਹੀਂ ਸੀ ਜਿਹੜੀ ਤੁਸੀਂ ਟੋਕਤੀ ਕੋਈ ਪੋਲਿਟਿਕਸ ਨਹੀਂ ਕਰ ਰਹੇ ਉਹਨੇ ਜਿਹੜੀਆਂ ਗੱਲਾਂ ਕਹੀਆਂ ਆਪ ਕਹੀਆਂ ਕਿਸੇ ਨੇ ਉਹਦੇ ਮੂੰਹ 'ਚ ਨਹੀਂ ਪਾ ਦਿੱਤੀਆਂ ਵੀ ਤੂੰ ਇਹ ਗੱਲਾਂ ਸਰਕਾਰ ਕਰੇਗੀ ਕੇਪੀ ਜੀ ਇੱਕ ਗੱਲ ਮੈਂ ਤੁਹਾਨੂੰ ਦੱਸ ਦਿੰਦਾ ਉਹਨੇ ਗੱਲਾਂ ਕਰੀਆਂ ਮੇਰਾ ਯਾਰ ਸਿੰਦਰ ਗੱਲ ਜਵਾਬ ਦੋ ਪਹਿਲਾਂ ਸਿੰਦਰ ਗੱਲ ਨਹੀਂ ਐਦਾਂ ਨਹੀਂ ਚੱਲੇਗੀ ਡਿਬੇਟ ਸਿੰਦਰ ਗੱਲ ਜਵਾਬ ਦੋ ਇਸ ਗੱਲ ਦਾ ਕਹਿੰਦੇ ਪੰਜਾਬ ਗਵਰਨਮੈਂਟ ਨੂੰ ਵੀ ਦੇਣ ਉੱਤੇ ਪਰਚਾ ਪੰਜਾਬ ਗਵਰਨਮੈਂਟ ਨੂੰ ਤੁਸੀਂ ਲਿਖ ਕੇ ਦੇਤਾ ਬਿਲਕੁਲ ਲਿਖ ਕੇ ਦੇਤਾ ਤੁਸੀਂ ਤੁਹਾਨੂੰ ਇਤਰਾਜ ਆ ਦੇ ਦਿੰਨੇ ਲਿਖ ਕੇ ਮੈਂ ਦੇ ਦਿੰਨਾ ਲਿਖ ਕੇ ਦੇਣ ਪਰਚਾ ਮੈਂ ਦੇ ਦਿੰਨਾ ਮੈਨੂੰ ਮੈਂ ਮੈਨੂੰ ਕੀ ਇਤਰਾਜ ਪੰਜਾਬ ਗਵਰਨਮੈਂਟ ਨੂੰ ਲਿਖ ਕੇ ਦਊਂਗਾ ਕਿ ਸਿੱਧਾ ਪੁਲਿਸ ਕੰਪਲੇਂਟ ਕਰਾ ਦੇ ਮੈਂ ਦੇ ਦਿੰਨਾ ਪੁਲਿਸ ਐਸਐਸਪੀ ਮੁਹਾਲੀ ਨੂੰ ਦੇਉਣਾ ਇਹ ਦੇਣ ਉੱਤੇ ਕਰਨ ਕੁਛ ਜੇ ਕੇਪੀ ਜੀ 125 ਕਰੋੜ ਦੀ ਆਬਾਦੀ ਜਾਣਦੀ ਆ ਇਹ ਹਮਲਾ ਕਿੰਨੇ ਕੀਤਾ ਕਿਉਂ ਹੋਇਆ ਇਹਦਾ ਯਾਰ ਦਿਲਦਾਰ ਤੇਰਾ ਫਰਜ਼ ਬਣਦਾ ਆਪਣੇ ਯਾਰ ਦਿਲਦਾਰ ਨੂੰ ਫੋਨ ਕਰਕੇ ਕਹਿ ਵੀ ਤੂੰ ਕੀਤਾ ਕੀ ਮੇਰੇ ਇੱਥੇ ਤੁਸੀਂ ਕਹਿੰਦੇ ਪੀਸ ਦਾ ਮੈਂ ਇੱਕ ਮਸੀਹਾ ਬਣ ਕੇ ਗਿਆ ਕਰਤਾਰਪੁਰ ਸਾਹਿਬ ਲਾਂਘੇ ਦਾ ਮੈਂ ਕੀਤਾ ਤੂੰ ਜਰਨਲ ਬਾਜਵੇ ਨੂੰ ਜੱਫੀਆਂ ਪਾਈਆਂ ਅੱਜ ਜਰਨਲ ਬਾਜਵੇ ਨੂੰ ਫੋਨ ਕਰਕੇ ਕਹਿ ਵੀ ਤੂੰ ਕਰ ਕੀ ਰਿਹਾ ਮੇਰੇ ਇੱਥੇ ਕਿਉਂ ਨਹੀਂ ਉਹ ਆਪਣੀ ਜ਼ਿੰਮੇਵਾਰੀ ਨਾਲ ਗਏ ਜ਼ਿੰਮੇਵਾਰੀ ਨਾਲ ਵਾਪਸ ਆ ਗਏ ਇਹ ਜੱਫੀਆਂ ਪਾ ਕੇ ਯਾਰ ਦਿਲਦਾਰ ਕਹਿ ਕੇ
अज यारी का फर्ज यह बनता है भी जिथे साढ़े 42 शहीद हो गए वो ना वेखो 42 शहीद हो गए 100 परिवार उजड़ गया इस बच्ची ठीक इस बंदे नू शर्म ही है नहीं विक्रमजीत 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 मोदी का कोई लेन देन नहीं इस सारे इशू उस पासे ना लेके जाओ इशू सिर्फ इना भी अज साडे इत्थे फौजी शहीद हो गए ये बंदा पाकिस्तान नू गुनेगार मानदा के नहीं मानदा ये नहीं मानदा पाकिस्तान नू जे गुनेगार नवजोत सिंह सिद्धू मान जाणगे तो मसला हल हो जूगा मसला हल फिर भी सरकारां ने करना पर जिहड़ा गलत उहनू गलत कहना चाहीदा जिन्ने साडे कौन ही गलत कहिंदे तुहानू लगदा है कि कौन ही गलत कहिंदे इह हमला होया नाकामी किसदी है देखो मैं ਕਿਸੇ ਦੀ ਸ਼ਹੀਦੀ ਦੇ ਕੋਈ ਉਹੋ ਜਿਹੇ ਸ਼ਬਦ ਨਹੀਂ ਵਰਤਨੇ ਬਸ ਸਾਡੇ ਕੋਈ ਤਾਂ ਨਾਕਾਮ ਸ਼ਹੀਦ ਹੋਏ ਆ ਨਾਕਾਮਯਾਬ ਹੋਊਗਾ ਨਾ ਆ ਸਾਡੇ ਸ਼ਹੀਦ ਹੋਏ ਆ ਇਹ ਸਾਡੇ ਲਈ ਬਹੁਤ ਮਾੜੀ ਗੱਲ ਹੋਈ ਹੈ ਕੋਈ ਨਾਕਾਮਯਾਬ ਤਾਂ ਹੋਊਗਾ ਨਾ ਜੇ ਹਮਲਾ ਹੋਇਆ ਤਾਂ ਕੇਪੀ ਜੀ ਦੁੱਖ ਸਾਨੂੰ ਵੀ ਦਰਦ ਸਾਨੂੰ ਵੀ ਸਾਨੂੰ ਹੈ ਪੂਰੇ ਦੇਸ਼ ਨੂੰ ਹੈ ਪੂਰੇ ਮੁਲਕ ਨੂੰ ਹੈ ਮੈਂ ਕਿਹਾ ਕਿਉਂ ਨਹੀਂ ਜਵਾਬ ਦੇਣਾ ਨਵੋਸ ਸਿੰਘ ਜੀ ਸਾਰੇ ਜਵਾਬ ਦੇਣਾ ਚਾਹੁੰਦੇ ਹੋ ਉਹ ਗੱਦਾਰ ਬੰਦਾ ਗੱਦਾਰ ਬੰਦੇ ਨੂੰ ਅਸੀਂ ਆਖਾਂਗੇ ਨਹੀਂ ਵੀ ਤੂੰ ਕਿਉਂ ਇੱਥੇ ਬੈਠਾ ਵੀ ਜੇ ਤੇਰਾ ਯਾਰ ਦਿਲਦਾਰ ਇੰਨਾ ਪਿਆਰਾ ਤੇ ਪਾਕਿਸਤਾਨ ਚੱਲ ਜੇ ਤਾਰੇ ਸੰਧੂ ਇੱਕ ਵਾਰੀ ਵੀ ਉਹਨੂੰ ਕਿਹਾ ਆਪਣੇ ਯਾਰ ਨੂੰ ਵੀ ਤੂੰ ਕੀਤਾ ਕੀ ਸਾਡੇ ਨਾਲ ਤਾਰੇ ਸੰਧੂ ਮੈਨੂੰ ਗਿੱਲ ਸਾਹਿਬ ਦੀ ਗੱਲ ਤੇ ਬੜੀ ਹੈਰਾਨੀ ਹੁੰਦੀ ਹੈ ਵੀ ਕਾਰਗਲ ਦੇ ਯੁੱਧ ਤੋਂ ਪਹਿਲਾਂ ਅਟਲ ਬਿਹਾਰੀ ਵਾਜਪਾਈ ਜੀ ਮੀਆਂ ਨਵਾਜ਼ ਸ਼ਰੀਫ ਦੇ ਸੱਦੇ ਤੇ ਦੋਸਤੀ ਦੀ ਬੱਸ ਲੈ ਕੇ ਗਏ ਇਹ ਵੀ ਨਹੀਂ ਕਹਿ ਰਹੇ ਹਲ ਤੱਕ ਇਹ ਹੁਣ ਕਿੰਦਰ ਤੁਰ ਪਏ ਤੁਸੀਂ ਉਦੋਂ ਬਾਅਦ ਹੈ ਜੱਫੀਆਂ ਹਟ ਜੱਫੀਆਂ ਪੱਪੀਆਂ ਦਾ ਤੁਹਾਡੇ ਵੇਰੀ ਤੁਹਾਡੇ ਵੇਰੀ ਮੈਂ ਬੋਲ ਰਿਹਾ ਡਿਫੈਂਡ ਗਲਤ ਕਰ ਉਸ ਤੋਂ ਬਾਅਦ ਕਾਰਗਲ ਦਾ ਯੁੱਧ ਕਿੰਨੇ ਸ਼ਹੀਦ ਹੋਏ ਕਿੰਨੇ ਸ਼ਹੀਦ ਹੋਏ ਸ਼ਹੀਦਾਂ ਦੀ ਆਪਾਂ ਗਿਣਤੀ ਨਹੀਂ ਕਰ ਸਕਦੇ ਨੰਬਰ 1 ਉਸ ਤੋਂ ਬਾਅਦ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਰੇ ਪ੍ਰੋਟੋਕੋਲ ਤੋੜ ਕੇ ਮੀਆਂ ਨਵਾਜ਼ ਸ਼ਰੀਫ ਦੇ ਜਨਮ ਦਿਨ ਦਾ ਕੇਕ ਕੱਟ ਰਿਹਾ ਕੀ ਗੱਲ ਵੀ ਅਸੀਂ ਉੱਥੋਂ ਦੇ ਜਿਹੜਾ ਡੈਮੋਕ੍ਰੇਟਿਕ ਸੈਟਅਪ ਹੈ ਉਹਦੇ ਨਾਲ ਰਿਲੇਸ਼ਨਸ਼ਿਪ ਨੂੰ ਐਂ ਤੋੜ ਦਿਆਂਗੇ ਐਂ ਤਾਂ ਫਿਰ 65 ਦੀ ਜੰਗ ਤੋਂ ਬਾਅਦ ਵੀ ਆਪਾਂ ਨੈਗੋਸ਼ੀਏਸ਼ਨ ਕੀਤੀਆਂ ਬੈਠ ਕੇ 71 ਦੀ ਜੰਗ ਤੋਂ ਬਾਅਦ ਵੀ ਗੱਲਾਂ 'ਚ ਪੈ ਰਹੇ ਹੋ ਤੁਸੀਂ ਕਿਹੜੀਆਂ ਗੱਲਾਂ 'ਚ ਪੈ ਰਹੇ ਹੋ ਗੱਲ ਸਿੰਪਲ ਹੈ ਸਾਡੇ ਫੌਜੀ ਸ਼ਹੀਦ ਹੋ ਗਏ ਕਿੰਨੇ ਕੀਤਾ ਉਹ ਬੰਦੇ ਬੈਠੇ ਕਿੱਥੇ ਕਾਰਗਲ ਸ਼ਹੀਦ ਹੋਏ ਮਾਰ ਕੇ ਦੜਾਏਗੀ ਫਿਰ ਉਹਨੂੰ ਗੱਲਬਾਤ ਦੜਾਏਗੀ ਮਾਰ ਕੇ ਫਿਰ ਦੜਾਏ ਸਾਡੇ ਫੌਜੀਆਂ ਨੇ ਮਾਰੇ ਵੀ ਉਹ ਠੀਕ ਹੈ ਵਿਕਰਮ ਜੀ ਦੜਾ ਵੀ ਦਿੱਤੇ ਫਿਰ ਠੀਕ ਹੈ ਵਿਕਰਮ ਫਕਰ ਮਹਿਸੂਸ ਕਰੋ ਯਾਰ ਤੁਸੀਂ ਉਲਟੇ ਪਾਸੇ ਜਾ ਰਹੇ ਹੋ ਵਿਕਰਮ ਜੀ ਮੁੰਡੇ ਸ਼ਹੀਦ ਹੋ ਗਏ ਤੁਸੀਂ ਉਲਟੇ ਗੱਲਾਂ 'ਚ ਪਏ ਵਿਕਰਮ ਜੀ ਇੱਕ ਸਵਾਲ ਇਹ ਵੀ ਉੱਠ ਰਿਹਾ ਸੋਸ਼ਲ ਮੀਡੀਆ 'ਤੇ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਸਿੱਧੂ ਨੇ ਜਿਹੜਾ ਬਿਆਨ ਦਿੱਤਾ ਹੈਗਾ ਉਸ ਵਿੱਚ ਦੇਸ਼ ਸ਼ਬਦ ਦਾ ਇਸਤੇਮਾਲ ਉਹਨਾਂ ਨੂੰ ਨਹੀਂ ਕਰਨਾ ਚਾਹੀਦਾ ਸੀਗਾ ਆਮ ਆਦਮੀ ਪਾਰਟੀ ਕਹਿ ਰਹੀ ਮੇਰਾ ਸਵਾਲ ਹੈ ਵਿਕਰਮ ਜੀ ਇਹ ਸਭ ਦੇ ਵਿਚਾਲੇ ਜਿਹੜਾ ਸੋਸ਼ਲ ਮੀਡੀਆ ਟ੍ਰੋਲ ਕੀਤਾ ਗਿਆ ਸਿੱਧੂ ਦਾ ਵਿਰੋਧ ਕੀਤਾ ਗਿਆ ਇਸ ਸਭ ਦੇ ਵਿਚਾਲੇ ਸੋਸ਼ਲ ਮੀਡੀਆ ਅਤੇ ਮੇਨ ਸਟ੍ਰੀਮ ਮੀਡੀਆ ਇਹਨਾਂ ਦੋਨਾਂ ਮੀਡੀਆ ਦੀ ਭੂਮਿਕਾ ਕੀ ਰਹੀ ਹੈ आई थिंक सोशल मीडिया और मेन स्ट्रीम मीडिया में काफ़ी डीप पेनेट्रेशन है ऑफ द हिंदुत्व आइडियोलॉजी एंड हिंदुत्व पॉलिटिक्स और तुसी आ देखो कि जिस जद भी कोई भी इन्हों कोई पोलिटिकल ओपोनेंट मिलता है तो इमीजिएटली एक ऑर्गेनाइज अटैक शुरू हो जाता है और वो सीधी एक गल ही कहें कि तुम अगर इंडिया चंगा नहीं लगता तो तुम पाकिस्तान चले जाओ उन्हों का एक बड़ा स्टैंडर्ड तो ये एक पोलराइजिंग पॉलिटिक्स है कि कोई ग्रे एरिया ऑफ आइडियोलॉजी और थिंकिंग ये अलाउ नहीं करते आइदर यू आर फॉर अस और अगेंस्ट अस अगर तुम अगेंस्ट अस है यू आर एंटी इंडिया सो दैट मीनस मोदी इज़ इंडिया एनी बडी अगेंस्ट मोदी इज़ एंटी इंडिया जिस तरह इंदिरा गांधी ने मिस्टर बरुआ होंगे सी कांग्रेस के प्रेजिडेंट उन्होंने कहा इंदिरा इज़ इंडिया एंड इंडिया एंड इंदिरा इज़ इंडिया सो सेम कोरिलेट करने की कोशिश कर रहे हैं मेन स्ट्रीम मीडिया का भी विच बड़े इन्फ्लुएंशियल सैक्शनज ने जो सेम सिद्धू ते टारगेटेड अटैक कर रहे हैं एंड एवरीबडी नोज़ के इन दे पिछे किड़ियां फोर्सेस इंप्लॉयड ने और ये सिर्फ सिद्धू के इशू विच नहीं सारे इशूज तुसी देखोगे जिन्हों मोदी की डायरैक्टली पोलिटिकल इंट्रस्ट हर्ट होंगे ने जा बीजेपी के तो ये उत्ते विक्रम जी जिस तरीके तुम दस तुम ए लगता कि नवजोत सिंह सिद्धू मिस्टर मोदी की थ्रैट है पोलिटिकल बिल्कुल थ्रैट है एंड आई थिंक नवजोत सिद्धू हैज़ बीन अ बिट स्टूपिड by making such statements which have given modi and his trollers bada changi opportunity to hit back at him to see hun sab to vaddi game jehdi aj hun chal rahi hai aj after pulwama attack eh rahul gandhi aur congress nu directly ta keh nahi sakde ki tusi weak ho sige aur assi bade strong si kyunki inna te bada vadda attack ho gaya inna de regime ch hun eh ki kar rahe ne ke navjot aur rahul gandhi nu ik pedestal te khade kar rahe ne कि ये नवजोत एंटी इंडिया पाकिस्तान मिलया बिकॉज राहुल गांधी की पेटने के अंडर है तो राहुल गांधी भी प्रो पाकिस्तान है सो दे आर ट्राइंग टू पुश राहुल गांधी एंड द कांग्रेस इन टू कि
पाकिस्तान नाल इन्हां दी अलाइनमेंट है और पोलिटिकली इन्हां नूं ए पोलराइज कर रहे ने बिफोर द इलेक्शंस। ठीक है, एक मिनट, मैं छोटा ब्रेक लूं। एक आई थिंक मोस्ट इंपोर्टेंट पॉइंट इस दे विच ए है कि नवजोत सिद्धू हैज़ बिकम अ सिंबल फॉर द हिंदुत्व फोर्सेस टू अटैक नॉट जस्ट द कांग्रेस, टू अटैक करतारपुर एंड ऑल्सो माइनॉरिटीज इन इंडिया। कि देखो ये मनोरिटी का लीडर किन्नी इरिस्पोंसिबल और प्रो पाकिस्तान स्टेटमेंट देंदा। एक्चुअली इन्हों का जो एजेंडा है हिंदुत्व का बड़ा डीप एजेंडा, इट इज़ टू मार्जिनलाइज दी सिद्धू घट गिनतियां दा चेहरा, इसलिए इन्हां ते वध वार करो। एग्जैक्टली। एक छोटा जिहा ब्रेक, तो वापस आवांगे। पहला सवाल यह किया गया सीगा किहड़े सियासी एजेंडे च घिरे सिद्धू, नवजोत सिंह सिद्धू इमरान खान की दोस्ती विच देश कित्थे है। ब्रेक तो बाद वापस आके ये सवाल वापस पुछांगे जरूर। बड़ा सवाल इस डिबेट के असं ये पूछ रहे हैं, पुलवामा हमले से नवजोत सिंह सिद्धू वाली सियासत के निशाने थे की है। डॉक्टर ढिल्लों, मैं एक सवाल छड़ के गया सी, नवजोत सिंह सिद्धू इमरान खान की दोस्ती विच देश कित्थे खड़ा है? देखो, दोस्ती तो बड़ी परसनल लैवल पर होंगी है, जिहड़े देशां दे रिलेशनज आ उह तां नैशनल लैवल ते हुंदे आ, उहदे च तां परसनल लैवल मैटर नहीं करदे। फिर डट लो फिर इह सवाल क्यों पुछा जा रहा है नवजोत सिद्धू ते आपदे दोस्त नूं जाके कह? नहीं, इत्थे हिंदुस्तान च या पाकिस्तान च कुछ ऐसे लोक आ जिहड़े इधर ब्याहे हुए आ, उधर आदमी रहिंदे आ, इधर आदमी रहिंदे आ, उधर औरतां, तां इहदा मतलब उह अपने रिलेशन तोड़ देण, हसबैंड वाइफ अपने रिलेशन तोड़ देण, भरा भरा अपने रिलेशन तोड़ देण, भैण भरा अपने रिलेशन। वट इज़ दिस नॉनसेंस? This is absolutely absurd and a nonsense on the part of those people who criticize this man on this issue. Tera personal friend. So what is wrong with that? Absolutely nothing wrong with that. He owes no answer to any person. Tusi osnu ace karke dub kar rahe ho. Je koi aadmi di wife udhar hai, aadmi idhar na hai ga Hindustani hai, औरत पाकिस्तानी है, या वाइस वर्सा दोनों पासे हो सकता, तो अपने रिलेशन तोड़ दे। डट लो सवाल ये किया जा रहा है कि नवजोत सिंह सिद्धू ने ਜਿਹੜੇ ਸਾਡੇ ਜਵਾਨ ਸ਼ਹੀਦ ਹੋਏ ਉਹਨਾਂ ਦੀ ਸ਼ਹਾਦਤ ਦਾ ਅਪਮਾਨ ਕੀਤਾ ਹੈ? ਨਹੀਂ, ਬਿਲਕੁਲ ਨਹੀਂ ਅਪਮਾਨ ਕੀਤਾ, ਐਬਸੋਲੂਟਲੀ ਨਾਟ, ਐਬਸੋਲੂਟਲੀ ਨਾਟ। ਸਾਨੂੰ ਦੁੱਖ ਆ, ਸਾਨੂੰ ਦਰਦ ਆ, ਉਹਨਾਂ ਨੌਜਵਾਨ ਬੱਚੇ ਜਿਹੜੇ ਮਾਰੇ ਗਏ, 40-45 ਜਿਹੜੇ ਬੱਚੇ ਮਾਰੇ ਗਏ, ਉਹਨਾਂ ਦਾ ਹਰ ਜਿਹੜਾ ਜੈਨੂਨ ਇਨਸਾਨ ਆ, ਚਾਹੇ ਉਹ ਹਿੰਦੁਸਤਾਨੀ ਆ, ਚਾਹੇ ਉਹ ਕੋਈ ਹੋਰ ਆ, ਉਸ ਨੂੰ ਉਸ ਗੱਲ ਦੀ ਤਕਲੀਫ ਆ। ਠੀਕ। ਔਰ ਹਿਊਮਨ ਬੀਇੰਗ ਹਿਊਮਨ ਲੈਵਲ ਦੇ ਉੱਤੇ ਉਹ ਬੜੀ ਪਰਟਰਬ ਅਤੇ ਡਿਸਟਰਬਿੰਗ ਗੱਲ ਹੈਗੀ ਹੈ ਉਹਨਾਂ ਦੇ ਛੁੱਟਣ। ਮੇਰੀ ਗੱਲ ਸੁਣ ਲਓ, ਹੁਣ ਦੁਬਾਰਾ ਸੁਣ, ਇੱਕ ਮਿੰਟ ਕੰਪਲੀਟ ਕਰ ਲੈਣਾ। ਪਰ ਜਿਸ ਤਰੀਕੇ ਦੇ ਨਾਲ ਕਸ਼ਮੀਰੀ ਬੱਚਿਆਂ ਦੀ ਕੁੱਟਮਾਰ ਹੋ ਰਹੀ ਆ, ਉਸ ਦਾ ਵੀ ਬੜੀ ਤਕਲੀਫ ਆ ਮੈਨੂੰ ਕਿ ਕਿਸ ਤਰੀਕੇ ਦੇ ਨਾਲ ਉਹ ਇਨੋਸੈਂਟ ਬੱਚੇ ਜਿਹੜੇ ਦੂਰ ਦੁਰਾਡੇ ਦੇਹਰਾਦੂਨ ਫਲਾਨੀ ਜਗ੍ਹਾ ਕਿਸੇ ਜਗ੍ਹਾ ਪੜ੍ਹ ਰਹੇ, ਇੱਕ ਅੱਜ ਮੈਂ ਪੜ੍ਹਿਆ ਰੇਡੀਓਲੋਜੀ ਦੀ ਉਹ ਟ੍ਰੇਨਿੰਗ ਕਰ ਰਹੀ ਹੈ ਲੜਕੀ, ਮਤਲਬ ਇਸ ਏ ਵੈਰੀ ਸੀਰੀਅਸ ਸਬਜੈਕਟ ਕਿ ਉਸ ਕੁੜੀ ਨੂੰ, ਵਿਚਾਰੀ ਨੂੰ ਆਪਣੀ ਐਡੀ ਸੀਰੀਅਸ ਸਟੱਡੀ ਛੱਡ ਕੇ ਭੱਜਣਾ ਪਿਆ, ਔਰ ਉਹਨਾਂ ਨੂੰ ਭੱਜਦਿਆਂ ਨੂੰ ਵੀ ਰਾਹ ਨਹੀਂ ਮਿਲ ਰਿਹਾ, ਅਨਾਊਂਸਮੈਂਟਾਂ ਹੋ ਰਹੀਆਂ। ਵਟ ਇਜ਼ ਦੀ ਗਵਰਨਮੈਂਟ ਡੂਇੰਗ? ਕਿਸ ਤਰੀਕੇ ਦੀ ਸਰਕਾਰ ਆ? ਫਿੱਟੇ ਮੂੰਹ ਇਸ ਸਰਕਾਰ ਦੇ ਉੱਤੇ, ਔਰ ਇਸ ਸਰਕਾਰ ਦੇ ਜਿਹੜੇ ਅਲਾਈਜ਼ ਆ ਉਹਨਾਂ ਦੇ ਉੱਤੇ ਵੀ ਫਿੱਟੇ ਮੂੰਹ, ਜਿਹੜੇ ਆਵਾਜ਼ ਨਹੀਂ ਬੁਲੰਦ ਕਰਦੇ ਉਹਨਾਂ ਲਈ ਵੀ ਆਵਾਜ਼ ਬੁਲੰਦ ਕਰੋ, ਜਿਹੜੇ ਇਨੋਸੈਂਟ ਮਾਰੇ ਗਏ ਉਹਨਾਂ ਲਈ ਵੀ, ਉਹ ਵੀ ਉਨੀ ਦੁਖਦਾਈ ਆ, ਉਹ ਵੀ ਉਨੀ ਦੁਖਦਾਈ ਗੱਲ। ਠੀਕ ਹੈ ਸਤਿੰਦਰ ਸਿੰਘ ਗਿੱਲ, ਮੈਂ ਸਵਾਲ ਵੈਸੇ ਨਹੀਂ ਲੈ ਕੇ ਆਉਣਾ ਚਾਹੁੰਦਾ ਸੀ ਇਸ ਡਿਬੇਟ ਦੇ ਵਿੱਚ, ਪਰ ਇਹ ਸਵਾਲ ਆਇਆ। ਇਸ ਸਵਾਲ ਦਾ ਜੇ ਸ਼੍ਰੋਮਣੀ ਅਕਾਲੀ ਦਲ ਆਪਦੇ ਆਪ ਨੂੰ ਕਹਿੰਦਾ ਹੈ ਕਿ ਅਸੀਂ ਘੱਟ ਗਿਣਤੀਆਂ ਦੇ ਸਿੱਖ ਹਤੈਸ਼ੀ ਹੈਗੇ ਹਾਂ, ਤਾਂ ਤੁਹਾਨੂੰ ਯਾਦ ਹੋਊਗਾ ਕਿ ਸਿੱਖ ਕੌਮ ਨਾਲ, ਮੈਂ ਇਹ ਇਸ਼ੂ ਨਹੀਂ ਲਿਆਉਣਾ ਚਾਹੁੰਦਾ, ਸਿੱਖ ਕੌਮ ਨਾਲ ਵੀ ਇੱਦਾਂ ਹੀ ਹੋਇਆ ਸੀਗਾ, ਉਹਨਾਂ ਨੂੰ ਪੰਜਾਬ ਜਾ ਕੇ ਮਾਰਿਆ ਗਿਆ ਸੀਗਾ ਜਦੋਂ ਇਹ ਕਿਹਾ ਗਿਆ ਸੀ ਦੇਸ਼ ਵਿੱਚ ਗੁੱਸਾ ਹੈਗਾ। ਹੁਣ ਕਸ਼ਮੀਰੀਆਂ 'ਤੇ ਗੁੱਸਾ ਦਿਖਾ ਕੇ ਉਹੋ ਜਿਹੀ ਸਥਿਤੀ ਪੈਦਾ ਕਰਨ ਦੀ ਕੋਸ਼ਿਸ਼ ਤਾਂ ਨਹੀਂ ਕੀਤੀ ਜਾ ਰਹੀ? ਸਤਿੰਦਰ ਸਿੰਘ ਗਿੱਲ, ਮੈਂ ਬਹੁਤ ਸੰਜੀਦਾ ਸਵਾਲ ਹੈ, ਇੱਥੇ ਸੰਜੀਦਾ ਜਵਾਬ ਚਾਹੀਦਾ ਮੈਨੂੰ। ਗੱਲ ਹੈ ਜਿਹੜੇ ਬੱਚੇ ਕਿਸੇ ਵੀ ਸਟੇਟ 'ਚ ਆਪਣੀ ਐਜੂਕੇਸ਼ਨ ਲਈ ਆਇਆ, ਕਸ਼ਮੀਰੀ ਬਾਅਦ 'ਚੋਂ ਪਹਿਲਾਂ ਹਿੰਦੁਸਤਾਨੀ ਅਤੇ ਭਰਾ ਨੇ ਸਾਡੇ, ਉਹਨਾਂ 'ਤੇ ਅਟੈਕ ਜਿਹੜਾ ਹੁੰਦਾ ਉਹ ਸਖਤ ਸ਼ਬਦਾਂ ਨਾਲ ਸੀ। ਤੁਸੀਂ ਉਹਨਾਂ ਦੇ ਹੱਕ 'ਚ ਆਵਾਜ਼ ਬੁਲੰਦ ਕੀਤੀ ਹੈ? ਬਿਲਕੁਲ, ਉਹਨਾਂ ਦੇ ਨਾਲ ਤੁਸੀਂ ਉਹਨਾਂ ਨੂੰ ਕਿਹਾ ਵੀ ਭਾਈ ਸਾਡੇ ਕੋਲ ਆ ਕੇ ਰੁਕੋ ਇੱਥੇ, ਤੁਹਾਨੂੰ ਕੋਈ ਤਕਲੀਫ ਹੈਗੀ ਆ? ਕੱਲ ਅਸੀਂ ਰੁਕਵਾਏ ਨੇ 3B1 ਸਾਚਾ ਧੰਨ ਗੁਰਦੁਆਰੇ 'ਚ ਰੁਕੇ ਨੇ, ਪਰਮਜੀਤ ਸਿੰਘ ਗਿੱਲ ਪ੍ਰਧਾਨ ਨੇ, ਉਹਨਾਂ ਨੇ ਨਾਲ ਕੱਲ੍ਹ ਅਸੀਂ ਜਾ ਕੇ ਪੁਲਿਸ ਐਸਕੋਟ ਦੇ ਨਾਲ ਕੱਲ੍ਹ 2 ਬੱਸਾਂ ਭੇਜੀਆਂ ਨੇ, ਇਹ ਗੱਲਾਂ ਅਸੀਂ ਕੀਤੀਆਂ ਨੇ। ਹੁਣ ਇਹਦੇ 'ਚ ਤਾਂ ਇੱਥੇ ਕਿਉਂਕਿ ਤੁਸੀਂ ਗੱਲ ਛੇੜ ਲਈ, ਮੈਂ ਤਾਂ ਗੱਲ ਕੀਤੀ, ਪੂਰਾ ਧਿਆਨ ਰੱਖਿਆ ਜਾ ਰਿਹਾ, ਗਵਰਨਮੈਂਟ ਵੀ ਸੀਰੀਅਸ, ਪੰਜਾਬ ਗਵਰਨਮੈਂਟ ਵੀ ਸੀਰੀਅਸ ਆ, ਸਿੰਘ ਸ਼ਹੀਦਾਂ 'ਚ ਵੀ ਲੁਕੇ ਨੇ ਬੱਚੇ, ਉੱਥੇ ਵੀ ਉਹਨਾਂ ਦਾ ਪੂਰਾ ਧਿਆਨ ਰੱਖਿਆ। ਸੈਂਟਰ ਗਵਰਨਮੈਂਟ ਸੀਰੀਅਸ ਹੈ ਕਿ ਨਹੀਂ? ਸੈਂਟਰ ਗਵਰਨਮੈਂਟ ਸੀਰੀਅਸ, ਸੈਂਟਰ ਗਵਰਨਮੈਂਟ ਸੀਰੀਅਸ, ਕਸ਼ਮੀਰੀ ਸਟੂਡੈਂਟ ਨੂੰ ਇੱਧਰ ਉੱਧਰ ਕਿਉਂ ਭੱਜਣਾ ਪੈ ਰਿਹਾ? ਫਿਰ ਬੱਚੇ ਜਦੋਂ ਮਾਹੌਲ ਬਣ ਜਾਂਦਾ ਨਾ, ਜਦੋਂ ਮਾਹੌਲ ਬਣ ਜਾਂਦਾ ਬੱਚੇ ਜਾਂ ਉਹਨਾਂ ਦੀ ਫੈਮਿਲੀ ਜਿਹੜੀ ਉੱਥੇ, ਇਹ ਮਾਹੌਲ ਬਣਨ ਤੋਂ ਰੋਕਣਾ ਪਵੇਗਾ ਸਤਿੰਦਰ ਸਿੰਘ, ਕਈਆਂ ਦੇ ਮਨ 'ਚ ਆ ਜਾਂਦਾ, ਤੇ ਇੱਕ ਦੋ ਥਾਂ 'ਤੇ ਇੰਸੀਡੈਂਟਸ ਵੀ ਹੋਏ ਆ ਜਿੱਥੇ
बच्चों नूं कुट्टिया गया मोहाली च मोहाली च एक होटल दे विच वेटर नूं कुट्टिया भी उत्थों दा रहण वाला प्लीज नोट द फैक्ट्स के मैक्सिमम अटैक्स आर टेकिंग प्लेस इन उत्तराखंड एंड हरियाणा both BJP and UP too UP both all the three BJP rule states secondly pradhan mantri modi ji ne badiyan statements ditti after pulwama unna de jehde shabd unna ne istemal kite ne logon mein bada aakrosh hai aapki dil mein aag hai meri aag hai dil mein bhi aag hai theek hai pradhan mantri ji bade emotional ho gaye ne par pradhan mantri ji bharat de ne unna ne us statement se naal ik wari bhi nahi kiya ke aaj jo kashmiri स्टूडेंट्स पर हमले हो रहे हैं वो बिल्कुल नहीं होने चाहिए ए सिग्नलिंग है फ्रॉम द टॉप टू दिस काइंड ऑफ मॉब वायलेंस सेकेंडली ततागट रॉय मेघालय के गवर्नर ने बीजेपी के अपॉइंटी है उन्होंने तुसी स्टेटमेंट देख लो की किया है उन्होंने क्या है कि कश्मीरीज नू बॉयकॉट करो उन्होंने कोई समान ना खरीदो दे शुड बी कंप्लीटली ऑस्ट्रसाइज्ड और अज तक प्रधानमंत्री जी उसते चुप ने होम मिनिस्टर राजनाथ सिंह जो बड़े अपने आप नूं सैकुलर मंद ने उन्होंने भी सिर्फ एक होम मिनिस्ट्री की एडवाइजरी इशू की ऑन कश्मीरी स्टूडेंट्स वो आप कोई स्टेटमेंट नहीं दे रहे एक ही शो करता है ये शो करता है ये जिहड़ा बदला लेना पाकिस्तान तो ये पाकिस्तान तो बाद च बदला किन्ना लैणगे पता लगेगा ये बदला अंदर अग लगा रहे हैं नीलगर जी तुसी इस गल नाल इतफाक रखते हो जो विक्रम जी ते डॉक्टर लोहरी गल कह रहे हैं कि घट गिनती दे जिहड़े चेहरे है कि उन्होंने निशाना बना के घट गिनती वाली सियासत देश दे विच कीती जा रही है कि पुलवामा हमले का बदला लेना ठीक है गल पुलवामा हमले दे विच शहीद होए उन्होंने शहादत नूं असीं प्रणाम करते हैं सारे उसका बदला लेना भी बनता है बदला किवें लेना वो सब कुछ सरकार ने सोचना है पर जिहड़ा इंटरनल घट गिनतियां तो बदला लिता जा रहा उनका जवाब कौन देगा बिल्कुल मैं के पी जी तुहाडी गल नाल सहमत हाँ जो विक्रमजीत जी ने आख्या बिल्कुल सहमत हैगा क्योंकि बीजेपी की तो शुरू तो जो आर एस एस की की सियासती रही हैगी है वोटों की पोलराइजेशन किदां कीती जावे अज जिहड़ा हैगा हमला पाकिस्तान ने किया कश्मीर साडा ते कश्मीरी वखरे किदां हो गए साडे तो ठीक है ना ते निशाना उन्हां नूं बनाया जा रहा है ये सिर्फ ते सिर्फ वोटां दी पोलराइजेशन करन वास्ते हो रहा क्योंकि पुलवामा दे विच जिहड़ा हमला होया साडे 40 जवान शहीद होए पूरे मुल्क दे विच गुस्सा गुस्से की लहर हैगी है ये उस नूं इनकैश करना चाहते अज तुसी दसो रफेल का मुद्दा कित्थे गया ते अज बेरोजगारी का मुद्दा कित्थे गया किन्ने मुद्दे से ईवीएम का मुद्दा कित्थे गया सारे मुद्दे गायब हो गए क्योंकि अज सिर्फ ते सिर्फ जिहड़ा हैगा बीजेपी नूं ये एजेंडा सूट कर रहा है इसे करके सिद्धू नूं अटैक कर रही है इसे करके वह बाकी नूं अटैक कर रहे जो उन्होंने खिलाफ बोलते हैं और ईवन अज के जनसत्ता दे विच एक न्यूज़पेपर दे विच हैगा इन्हां दा एक स्पोक्सपर्सन है पांड्या मिस्टर पांड्या पता की कह रहा देश दे विच गुस्से की लहर बदल पुलवामा हमले तो बाद देश में गुस्से की लहर हैगी है इस वोटां च तब्दील करो इन्हां नूं अपनी राजनीति याद आ रही है इत्थे मुल्क दे विच यानी कि हाहाकार हुई पई है कि कश्मीरी साडे नहीं हैगे इस तरीके नाल तां तुसीं होर यानी कि सुसाइडल बंबर पैदा करोगे इस तरीके नाल तां तुसीं उन्हां नूं होर दूर कर रहे हो साडे ते डॉक्टर संधू पुलवामा हमले ते ए इहो जिहड़ी पॉलिटिक्स हो रही है जी कि इहो जी पॉलिटिक्स होनी चाहीदी है नहीं होनी चाहिए क्योंकि तुहानूं भी लगता कि घट गिनतियां वाली सियासत की जा रही है मैं तुहानूं दसदा साडे कोल पंजाब प्रॉब्लम दा एक्सपीरियंस है इसे तरह माइंडसैट बनाया सी मीडिया ने सिखां दे खिलाफ और ਉਹਦਾ ਭਿਆਨਕ ਰਿਜ਼ਲਟ ਮੁੜ ਕੇ ਜਿਹੜਾ ਸਿੱਖ ਕਤਲੇਆਮ ਚ ਪਰ ਅਸੀਂ ਤਾਂ ਇਸ ਮਾਈਂਡਸੈਟ ਤੋਂ ਬਾਹਰ ਕੱਢਣਾ ਚਾਹ ਰਹੇ ਹਾਂ ਡਾਕਟਰ ਦਰਸੂ ਹਾਂ ਉਹ ਤੁਸੀਂ ਇਕੱਲੇ ਆ ਪਰ ਬਹੁਤ ਕੁਝ ਹੋਰ ਵੀ ਹੋ ਰਿਹਾ ਜਿਹੜਾ ਅੱਗ ਲਾ ਰਿਹਾ ਹਿਸਟਰੀ ਦੀ ਇਹ ਇੱਕ ਬਹੁਤ ਕੰਕਰੀਟ ਐਗਜ਼ਾਮਪਲ ਹੈ ਕਿ ਇੱਕ ਕਮਿਊਨਲਿਜ਼ਮ ਦੂਜੇ ਕਮਿਊਨਲਿਜ਼ਮ ਨੂੰ ਫੀਡ ਕਰਦਾ ਹੈ ਅੱਜ ਕੈਬਨਿਟ ਮਿਨਿਸਟਰ ਨੇ ਪਾਕਿਸਤਾਨ ਦੇ ਨੇ ਇਹ ਕਿਹਾ ਜੇ ਜੰਗ ਹੋਊਗੀ ਤਾਂ ਹਿੰਦੁਸਤਾਨ ਦੇ ਮੰਦਰਾਂ 'ਚ ਟੱਲੀਆਂ ਨਹੀਂ ਵੱਜਣਗੀਆਂ और उधर रिएक्शन से साडे कैबिनेट मिनिस्टर ने कहा मतलब एक दूजे नु फीड कर रहे हैं उस पॉलिसी नु फीड कर रहे हैं और वो पॉलिसी है सब कंटिनेंट दे अमन नु तबाह कर रही है जिदी निंदा होनी चाहिए आई थिंक ये सारी जड़ी पॉलिटिक्स शुरू हुई ऑफ कम्युनलाइजिंग द सिचुएशन ए 84 दे एंटी सिख प्रोग्राम दे बाद हुई और उधर भी डायरेक्टली कांग्रेस पार्टी इन्वॉल्व सी ਤੁਸੀਂ ਰਾਜੀਵ ਗਾਂਧੀ ਜੀ ਦੀ ਸਟੇਟਮੈਂਟ ਦੇਖਣਾ ਸੀ ਆਫਟਰ ਦਾ 3000 ਸਰਦਾਰ ਮਾਰੇ ਸੀ ਕਹਿੰਦੇ ਬੜਾ ਪੇਟ ਗਿਰਤਾ ਤਾਂ ਧਰਤੀ ਉਹਦੇ ਬਾਅਦ ਦੇਸ਼ ਦੀਆਂ ਦੋ ਵੱਡੀਆਂ ਪਾਰਟੀਆਂ ਇਸੇ ਕੰਮ ਦੇ ਉੱਤੇ ਆਪਣੀ ਸਿਆਸਤ ਕਰਦੀਆਂ ਇਹਨਾਂ ਦੇ ਵਿੱਚ ਕੋਈ ਫਰਕ ਨਹੀਂ ਹੈ 2002 ਗੋਦਰਾ ਟ੍ਰੇਨ ਬਰਨਿੰਗ ਦੇ ਬਾਅਦ ਮੋਦੀ ਜੀ ਨੇ ਲਾਸ਼ਾਂ ਅਹਿਮਦਾਬਾਦ ਮੰਗਵਾਈਆਂ ਆਲਦੋ ਡਿਪਟੀ ਕਮਿਸ਼ਨਰ ਗੋਦਰਾ ਰਿਫਿਊਜ਼ ਟੂ ਸੈਂਡ ਲਾਸ਼ਾਂ ਉਹਨੇ ਮੋਦੀ ਆ ਕੇ ਲਾਸ਼ਾਂ ਅਹਿਮਦਾਬਾਦ ਲੈ ਕੇ ਗਿਆ ਉਹਦੇ ਬਾਅਦ ਪ੍ਰੋਗਰਾਮ ਮੁਸਲਮਾਨਾਂ ਦੇ ਖਿਲਾਫ ਸ਼ੁਰੂ ਔਰ ਮੋਦੀ ਜੀ ਦੀ ਕੀ ਸਟੇਟਮੈਂਟ ਸੀ
आप देख रहे हैं कि एक चेन रिएक्शन हो रहा है, एक एक्शन का एक रिएक्शन हो रहा है। ठीक है, मैं छोटा ब्रेक, आज भी ओई कंटिन्यूम ते साडे बड़े बड़े जड़े लीडर्स ने जा तो चुप बैठे ने, वो सिग्नल चुप्पी दा जा ओ यूज कर रहे ने एज ए शब्द जो इस माहौल विच सिग्नल दे रहे ने कि तुसी कश्मीरीज नु टारगेट करो और अपना गुस्सा कड्डो। ठीक है, एक छोटा ब्रेक लवांगे, ब्रेक तो वापस आवांगे आखिरी हिस्से विच छोवांगे। पुलवामा हमले का दुख सारा है, बदला लेना चाहिए, पुलवामा हमले का हिसाब करना चाहिए है, क्यों साढ़े जड़े जवान है उन्होंने शिकार बनाया गया, उन्होंने शहादत जी हुई है। सवाल उस सारी सियासत से है, उस सारे सिस्टम से है, देश में एकजुट होना चाहिए, ये भी सब कुछ सही है, देश गुस्से में है ये भी सही है, पर देश ਨੂੰ ਗੁੱਸਾ ਦਵਾਇਆ ਕਿਉਂ ਜਾ ਰਿਹਾ ਹੈਗਾ। ਸਵਾਲ ਇਹ ਹੈਗਾ ਪੁਲਵਾਮਾ 'ਤੇ ਕੋਈ ਪ੍ਰੋਪੇਗੰਡਾ ਸੈੱਟ ਤਾਂ ਨਹੀਂ ਕੀਤਾ ਜਾ ਰਿਹਾ। ਬ੍ਰੇਕ ਤੋਂ ਵਾਪਸ ਆ ਕੇ ਇਹ ਆਖਰੀ ਹਿੱਸੇ ਵਿੱਚ ਸਵਾਲ ਪੁੱਛੂਗਾ ਜ਼ਰੂਰ। ਸਵਾਲ ਕਿਉਂ ਪੁੱਛ ਰਹੇ, ਪੁਲਵਾਮਾ ਹਮਲੇ 'ਤੇ ਨਵਜੋਤ ਸਿੰਘ ਸਿੱਧੂ ਵਾਲੀ ਸਿਆਸਤ ਦੇ ਨਿਸ਼ਾਨੇ 'ਤੇ ਕਿਹੜਾ ਟੇਲੋ, ਤੁਸੀਂ ਆਪਣੀ ਗੱਲ ਵੀ ਪੂਰੀ ਕਰ ਲਓ, ਮੈਨੂੰ ਇੱਕ ਸਵਾਲ ਦਾ ਜਵਾਬ ਵੀ ਦੇ ਦਿਓ। ਨਵਜੋਤ ਸਿੰਘ ਸਿੱਧੂ ਨੂੰ ਕੀ ਆਪਣੇ ਬਿਆਨ 'ਤੇ ਮਾਫ਼ੀ ਮੰਗਣੀ ਚਾਹੀਦੀ ਹੈ ਜਾਂ ਨਹੀਂ? ਮੇਰਾ ਨਹੀਂ ਖਿਆਲ ਉਹਨੂੰ ਕੋਈ ਮਾਫ਼ੀ ਮੰਗਣੀ ਚਾਹੀਦੀ, ਕੋਈ ਉਸਨੇ ਗੁਨਾਹ ਨਹੀਂ ਕੀਤਾ, ਕੋਈ ਅਨਲਾਫੁਲ ਇਲੀਗਲ ਗੱਲ ਨਹੀਂ ਕੀਤੀ। दूसरी इंपॉर्टेंट गल है, मैं एक गल क्वेश्चन करना चाहना, खास तौर पर एन डी ए दे जिहड़े सपोर्टर आ या पार्टी उन्होंने नाल जिहड़े एक भाईवाल आ, किन्ने एक एन डी ए दे पॉलिटिशन आ जिन्हां दे बच्चे आर्मी ते पैरामिलिट्री फोर्सिस चा, नेम वन, नेम वन, आई चैलेंज नेम वन, नन ऑफ दैम। दूसरिया के बच्चों को मरवाना तुसी, तुसी किस किस्म की सियासत खेल रहे हो? दूसरिया की मौतों के उत्ते तुसी सियासत खेल रहे हो? किड्डा बड़ा तुसी रिस्क लै रहे हो? ਮਤਲਬ ਕੋਈ ਗੱਲ ਤੁਹਾਡੇ ਚ ਸੈਂਸ ਆਫ ਰਿਸਪੋਨਸਿਬਿਲਿਟੀ ਹੈ? ਇਹ ਸਵਾਲ ਤਾਂ ਪੈਨਲ ਤੇ ਹੀ ਪੁੱਛਿਆ ਜਾਊਗਾ, ਇਹ ਸਵਾਲ ਤਾਂ ਪੈਨਲ ਤੇ ਪੁੱਛਿਆ ਜਾਊਗਾ, ਇਹ ਸਵਾਲ ਇੱਥੇ ਪੁੱਛਿਆ ਜਾਊਗਾ, ਗੱਲ ਕਿਹੜੇ ਲੀਡਰ ਤੁਹਾਡਾ ਕੌਣ ਹੈਗਾ ਆਰਮੀ ਦੇ ਵਿੱਚ, ਇਹ ਇੱਥੇ ਵੀ ਸਵਾਲ ਕੀਤਾ ਜਾਊਗਾ, ਫਿਰ ਇਹਦਾ ਕੀ ਜਵਾਬ ਦੇਣਾ? ਫਿਰ ਤੁਸੀਂ ਕਹੋ ਵੀ ਇੰਡੋ ਪਾਕਿਸਤਾਨ ਵਾਰ ਹੋਣੀ ਚਾਹੀਦੀ ਆ, ਇਹ ਕੋਈ ਗੱਲਾਂ ਨਹੀਂ ਕਰਨ ਵਾਲੀਆਂ, ਇਹ ਗੱਲਾਂ ਨਹੀਂ ਹੈ, ਕੋਈ ਗੱਲਾਂ ਨਹੀਂ ਕਰਨ ਵਾਲੀਆਂ, ਕਿਸੇ ਦਾ ਬੱਚਾ ਕਿਉਂ ਨਹੀਂ ਕਿਸੇ ਚ, ਦੂਸਰੇ ਦੇ ਬੱਚੇ ਫੌਜ ਵਿੱਚ ਉਹੀ ਜਾਣਾ ਚਾਹੀਦਾ, ਫੌਜ ਵਿੱਚ ਉਹੀ ਜਾਣਾ ਚਾਹੀਦਾ ਜਿਹਨੂੰ ਆਪਣੇ ਦੇਸ਼ ਨਾਲ ਪਿਆਰ ਹੈ ਤੇ ਜਿਹੜਾ ਹਿੰਮਤ ਰੱਖਦਾ ਹੈ, ਤੁਹਾਡਾ ਦੂਰੋਂ ਪਿਆਰ ਇਹੋ ਜਿਹੇ ਗੰਦੇ ਬੰਦਿਆਂ ਚ ਨਹੀਂ ਪਿਆਰ, ਉਹਨਾਂ ਨੂੰ ਫੌਜ ਚ ਜਾਣਾ ਹੀ ਨਹੀਂ ਚਾਹੀਦਾ। ਤੁਹਾਡੇ ਤੁਹਾਡੇ ਸਵਾਲ ਦੀ ਐਮ, ਇੱਕ ਮਿੰਟ, ਤੁਹਾਡੇ ਸਵਾਲ ਦੀ ਐਮ ਹੈ ਕਿ ਸੰਦਰ ਗੱਲ, ਇੱਕ ਮਿੰਟ ਸੰਦਰ ਗੱਲ, ਇੱਕ ਮਿੰਟ ਪਲੀਜ਼, ਇੱਕ ਮਿੰਟ ਸੰਦਰ ਗੱਲ, ਸਵਾਲ ਮੇਰੇ ਨਾਲ ਪੁੱਛ ਲਈ, ਲੜਕੀ ਆ ਇਹ ਸਵਾਲ ਮੇਰੇ ਨਾਲ ਪੁੱਛਣੇ ਪਤਾ ਨਹੀਂ, ਇਹੋ ਜੀ ਗੱਲ ਕਰਦਾ ਹੀ ਨਹੀਂ, ਮੈਂ ਵਾਰ ਦੇ ਟੋਟਲੀ ਅਗੇ, ਇੱਕ ਮਿੰਟ ਪਲੀਜ਼, ਇੱਕ ਮਿੰਟ ਪਲੀਜ਼, ਇੱਕ ਮਿੰਟ ਪਲੀਜ਼, ਫੌਜ ਵਿੱਚ ਉਹੀ ਜਾਇਜ਼, ਇੱਕ ਮਿੰਟ ਪਲੀਜ਼ ਸੰਦਰ ਗੱਲ, ਜਿਹੜਾ ਹਿੰਮਤ ਰੱਖਦਾ ਇਹੋ ਜੀ ਵਾਰ ਦੇ ਟੋਟਲੀ ਫੇਸਬੁੱਕ ਤੋਂ ਗੱਲਾਂ ਚੁੱਕ ਚੁੱਕ ਕੇ ਉੱਥੇ ਕਰਨ ਲੱਗਾ, ਜਿਹੜਾ ਬੱਚਾ ਕਿੱਥੇ ਆ, ਸੰਦਰ ਗੱਲ ਆਪਾਂ ਕਿੱਥੇ, ਇੱਕ ਮਿੰਟ, ਤੁਹਾਡੇ ਮੂੰਹ ਨਹੀਂ ਸ਼ੋਭਾ ਕਰਦੀ, ਐਡੇ ਸਿਆਣੇ ਬੰਦੇ ਹੋ ਤੁਸੀਂ, ਭੇਜੋ ਸੁਖਵੀਰ ਨੂੰ, ਤੁਹਾਡੇ ਮੂੰਹ ਇਹ ਗੱਲਾਂ ਜੱਜ ਦੀਆਂ ਨਹੀਂ, ਐਡੇ ਸਿਆਣੇ ਸੰਦਰ ਗੱਲ, ਇੱਕ ਮਿੰਟ ਰੁਕ ਜਾਣਾ, ਸਵਾਲ ਕੀਤਾ ਹੈ, ਉਸ ਸਵਾਲ ਦੇ ਜਵਾਬ ਵਿੱਚ ਮੈਂ ਤੁਹਾਡੇ ਤੋਂ ਇਹ ਜਵਾਬ ਪੁੱਛਣਾ ਚਾਹੁੰਦਾ, ਸਵਾਲ ਲੈਣਾ ਚਾਹੁੰਦਾ ਕਿ ਡਾ ਢਿੱਲੋਂ ਨੇ ਕਿਹਾ ਵੀ ਕਿਸੇ ਸਿਆਸਤਦਾਨ ਦਾ ਕੋਈ ਬੱਚਾ ਹੈ ਜਿਹੜਾ ਫੌਜ ਵਿੱਚ ਹੋਵੇ, ਮੇਰਾ ਸਵਾਲ ਇਹ ਹੈਗਾ ਜੇ ਫੌਜ ਵਿੱਚ ਕਿਸੇ ਸਿਆਸਤਦਾਨ ਦਾ ਬੱਚਾ ਨਹੀਂ ਹੈਗਾ ਤਾਂ ਸ਼ਾਇਦ ਫੌਜ ਵੀ ਧਰਮ ਜਾਤ ਤੋਂ ਉੱਪਰ ਉੱਠੀ ਹੋਈ ਹੈ, ਨਹੀਂ ਤਾਂ ਇਹਨਾਂ ਨੇ ਫੌਜ ਨੂੰ ਵੀ ਵੰਡ ਦੇਣਾ ਸੀ। ਵੈਲ ਪੋਸੀਬਲੀ ਦੀਸ ਥਿੰਗਸ ਕੈਨ ਹੈਪਨ, ਆਲਦੋ ਫੌਜ ਵਿੱਚ ਅਨਫੋਰਚੁਨੇਟਲੀ ਵਾਟ ਆਈ ਐਮ ਨੋਟਿਸਿੰਗ ਇਜ਼ ਕਿ ਸਪੈਸ਼ਲੀ ਜਿਹੜੇ ਵੈਟਰਨ ਆਫਿਸਰਸ ਨੇ ਉਹਨਾਂ ਵਿੱਚ ਵੀ ਸੈਕਸ਼ਨ ਵਿੱਚ ਕਮਿਊਨਲ ਫੀਲਿੰਗ ਕਾਫੀ ਆ ਗਈ ਹੈ। ਤੁਸੀਂ ਦੇਖੋ ਜਿਹੜਾ ਤਤਾਘਾਟ ਰੋਏ ਦਾ ਸਟੇਟਮੈਂਟ ਹੈਗੀ ਗਵਰਨਰ ਦੀ, ਉਹਨੇ ਇੱਕ ਰਿਟਾਇਰਡ ਆਰਮੀ ਕਰਨਲ ਨੂੰ ਕੋਟ ਕੀਤਾ, ਹੀ ਹੈਜ਼ ਕੋਟਡ ਅ ਰਿਟਾਇਰਡ ਆਰਮੀ ਕਰਨਲ, ਕਿ ਰਿਟਾਇਰਡ ਆਰਮੀ ਕਰਨਲ ਦਾ ਵਿਊ ਹੈਗਾ ਕਿ ਕਸ਼ਮੀਰੀਅਨਸ ਨੂੰ ਬਿਲਕੁਲ ਬਾਇਕਾਟ ਕਰ ਦਿਓ, ਉਹਨਾਂ ਨੂੰ ਕਿਤੇ ਰਹਿਣ ਨਾ ਦਿਓ, ਉਹਨਾਂ ਦੇ ਗੁੱਡਸ ਨਾ ਬਾਏ ਕਰੋ, ਬਿਕੋਜ਼ ਦੇ ਆ ਸ਼ੋਲ ਨਾ ਖਰੀਦੋ। ਫਿਰ ਇਹਨੂੰ ਅੱਗੇ ਲਿਜਾ ਸਕਦਾ ਵਿਕਰਮਜੀਤ, ਜਿਹੜੇ ਸਾਬਕਾ ਫੌਜ ਮੁਖੀ ਉਹਨਾਂ ਨੂੰ ਅਹੁਦੇ ਦਿੱਤੇ ਜਾ ਰਹੇ ਆ, ਮੰਤਰੀ ਬਣ ਰਹੇ ਆ ਉਹ, ਪੁਆਇੰਟ those people who are ke zyada hi jang de favor vich ne ohna de aap personal koi interest nahi directly jang vich involved ki oh aap suffer karange agar jang india de khilaf ohdi adverse outcome aa jaye oh ohda ohna da point oh hai kehn wala ke
ਤੁਹਾਡੇ ਆਪਣੇ ਬੱਚੇ ਨਹੀਂ ਸਰਵ ਕਰ ਲੈ ਹੁੰਦਾ ਤੇ ਆਪਣਾ ਕੋਈ ਸ਼ਹੀਦ ਹੋ ਜਾਂਦਾ ਤੁਹਾਡਾ ਕਹਿਣ ਦਾ ਮਤਲਬ ਇਹ ਗੱਲ ਪਲੀਜ਼ ਤੁਹਾਡੀ ਗੱਲ ਆ ਗਈ ਡਾਕਟਰ ਤਾਰਾ ਸੰਧੂ ਜੀ ਕੈਪਟਨ ਅਮਰਿੰਦਰ ਸਿੰਘ ਜੋ ਬਿਆਨ ਦੇ ਰਹੇ ਹੈਗੇ ਆ ਜੀ ਉੱਥੋਂ ਜਾ ਕੇ ਉਹਨੂੰ ਮਸੂਦ ਅਜ਼ਹਰ ਨੂੰ ਫੜ ਲੈਣਗੇ ਇਹ ਉਹ ਬਿਆਨ ਇਸ ਕਰਕੇ ਦੇ ਰਹੇ ਆ ਕਿ ਉਹ ਫੌਜੀ ਰਹੇ ਆ ਜਾਂ ਬਿਆਨ ਇਸ ਕਰਕੇ ਦੇ ਰਹੇ ਆ ਕਿ ਨਵਜੋਤ ਸਿੰਘ ਸਿੱਧੂ ਉਹਨਾਂ ਦੇ ਵੀ ਨਿਸ਼ਾਨੇ ਤੇ ਹੈ ਕਿਤੇ ਨਾ ਕਿਤੇ ਨਹੀਂ ਬਿਲਕੁਲ ਨਹੀਂ ਉਹਨਾਂ ਦਾ ਇਸ਼ਾਰਾ ਮਤਲਬ ਇਹ ਸੀ ਜਦੋਂ ਪਾਕਿਸਤਾਨ ਇਸ ਗੱਲ ਤੋਂ ਡਿਨਾਈ ਕਰਦਾ ਕਿ ਵੀ ਸਾਡੇ ਕੋਲ ਸਬੂਤ ਨਹੀਂ ਸਾਨੂੰ ਕੋਈ ਪਤਾ ਨਹੀਂ ਸਾਡਾ ਉਹ ਨਹੀਂ ਉਹਨਾਂ ਦਾ ਨਿਸ਼ਾਨਾ ਸੀ ਵੀ ਉਹ ਤੁਹਾਡੇ ਕੋਲ ਹੀ ਬੈਠਾ ਇੱਕ ਗੱਲ ਦੂਜੀ ਮੈਂ ਕਹਿੰਦਾ ਕਿ ਦੇਸ਼ 'ਚ ਗੁੱਸੇ ਦੀ ਲਹਿਰ ਹੈ ਇੰਸੀਡੈਂਟ ਬਹੁਤ ਮਾੜਾ ਹੋਇਆ ਦੁੱਖ ਹੈ ਪਰਿਵਾਰਾਂ ਨਾਲ ਹਮਦਰਦੀ ਹੈ ਪਰ ਇਹਦੇ 'ਚ ਅਸੀਂ ਐਕਸ਼ਨ ਕਿਹੜਾ ਕਰਨਾ ਕਿ ਕੀ ਉੱਥੇ ਬੈਠੇ ਅੱਤਵਾਦੀਆਂ ਨੂੰ ਅਸੀਂ ਹੋਰ ਰਿਕਰੂਟਮੈਂਟ ਦੇਣੀ ਹੈ ਹੋਰ ਜੇ ਕਸ਼ਮੀਰ ਤੋਂ ਆਪਣੇ ਆਪ ਨੂੰ ਆਈਸੋਲੇਟ ਕਰਨਾ ਦੇਸ਼ ਨੂੰ ਜਾਂ ਕਸ਼ਮੀਰੀਆਂ ਨੂੰ ਚਤੰਨ ਕਰਕੇ ਉਹਨਾਂ ਦੇ ਵਿੱਚ ਕੌਨਫੀਡੈਂਸ ਭਰ ਕੇ ਅਸੀਂ ਪਾਕਿਸਤਾਨ ਦੀ ਮਿਲਟਰੀ ISI ਅਤੇ ਟੈਰਰਿਜ਼ਮ ਨੂੰ ਆਈਸੋਲੇਟ ਕਰਨਾ ਇਹ ਤੁਹਾਡੀ ਪਾਲਿਸੀ ਦਾ ਹਿੱਸਾ ਹੋਣਾ ਚਾਹੀਦਾ ਨਾ ਕਿ ਇਹ ਕਿ ਅਸੀਂ ਜ਼ਹਿਰ ਘੋਲ ਘੋਲ ਕੇ ਜਾਂ ਜਿਹੜੇ ਸਟੂਡੈਂਟ ਦੇ ਇੰਸੀਡੈਂਟ ਕਰ ਕਰਕੇ ਅਸੀਂ ਕਸ਼ਮੀਰ ਹੋਰ ਜਨਰਲ ਗੱਲ ਹੈ ਤੁਸੀਂ ਡਾਕਟਰ ਸੰਧੂ ਜਿਹੜੀ ਗੱਲ ਕਹੀ ਆ ਮੈਂ ਇੱਕ ਸਵਾਲ ਤੋਂ ਤੁਹਾਨੂੰ ਕਰ ਰਿਹਾ ਕਿ ਕਰਤਾਰਪੁਰ ਲਾਂਘੇ 'ਤੇ ਨਵਜੋਤ ਸਿੰਘ ਸਿੱਧੂ ਦਾ ਲਿਆ ਇਨੀਸ਼ੀਏਟਿਵ ਹੀ ਉਹਨਾਂ ਨੂੰ ਨਿਸ਼ਾਨੇ 'ਤੇ ਲਿਆਇਆ ਨਹੀਂ ਜੀ ਨਹੀਂ ਇਹ ਨਹੀਂ ਗੱਲ ਸਿੱਧੂ ਸਾਹਿਬ ਨੇ ਕਿ ਸਿੱਧੂ ਸਾਹਿਬ ਨੇ ਇਨੀਸ਼ੀਏਟਿਵ ਲਿਆ ਹੀ ਨਹੀਂ ਸਿੱਧੂ ਸਾਹਿਬ ਨੇ ਜੋ ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਉਹ ਸਿੱਧੂ ਸਾਹਿਬ ਨੇ ਪਾਸ ਆਨ ਕੀਤੀ ਮੀਡੀਆ ਦੇ ਵਿੱਚ ਔਰ ਉਹਨੂੰ ਵਰਲਡ ਵਾਈਡ ਇਨੀਸ਼ੀਏਟਿਵ ਕਿੰਦਾ ਇਨੀਸ਼ੀਏਟਿਵ ਕਿੰਦਾ ਕਾਂਗਰਸ ਦਾ ਡਾਕਟਰ ਮਨਮੋਹਨ ਸਿੰਘ ਦਾ ਕੈਪਟਨ ਅਮਰਿੰਦਰ ਸਿੰਘ ਦਾ ਇੰਦਰਾ ਗਾਂਧੀ ਦਾ ਕਿਹਦਾ ਇਨੀਸ਼ੀਏਟਿਵ ਮੈਂ ਦੱਸਦਾ 1974 'ਚ ਸਭ ਤੋਂ ਪਹਿਲਾਂ ਸ਼੍ਰੀਮਤੀ ਇੰਦਰਾ ਗਾਂਧੀ ਅਤੇ ਉੱਥੋਂ ਦੇ ਪ੍ਰਾਈਮ ਮਿਨਿਸਟਰ ਨੇ ਇਹ ਇਨੀਸ਼ੀਏਟਿਵ ਲਿਆ ਕਿ ਰਿਲੀਜੀਅਸ ਦੂਜੀਆਂ ਥਾਵਾਂ 'ਤੇ ਆ ਜਾ ਸਕਦੇ ਆ ਉਸ ਤੋਂ ਬਾਅਦ ਜਦੋਂ ਅਟਲ ਬਿਹਾਰੀ ਵਾਜਪਾਈ ਸੀਐਮ ਸਾਹਿਬ ਸਦਨ ਦੇ ਵਿੱਚ ਇਹ ਗੱਲ ਕਹਿੰਦੇ ਡਾਕਟਰ ਸੰਧੂ ਸ਼ਾਹ ਤੁਸੀਂ ਸਦਨ ਦੀ ਕਾਰਵਾਈ ਨਹੀਂ ਸੁਣੀ ਸਦਨ ਦੇ ਵਿੱਚ ਸੀਐਮ ਸਾਹਿਬ ਨੇ ਅੱਜ ਵੀ ਇਹ ਗੱਲ ਕਹੀ ਹੈ ਸੁਣ ਲਓ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਕਰਤਾਰਪੁਰ ਲਾਂਘੇ 'ਤੇ ਡਾਕਟਰ ਮਨਮੋਹਨ ਸਿੰਘ ਨੇ ਵੀ ਕਦਮ ਚੁੱਕੇ ਸੀਗੇ ਉਸ ਤੋਂ ਬਾਅਦ ਉਹ ਖੁਦ ਗਏ 2005 ਦੇ ਵਿੱਚ ਉਦੋਂ ਵੀ ਉਹਨਾਂ ਦੀ ਮੁਲਾਕਾਤ ਹੋਈ ਹੈ ਉਸ ਤੋਂ ਬਾਅਦ ਇਹ ਸਭ ਕੁਝ ਸਿਰੇ ਚੜਿਆ ਹੈਗਾ ਨਵਜੋਤ ਸਿੰਘ ਸਿੱਧੂ ਦਾ ਕੋਈ ਰੋਲ ਨਹੀਂ ਹੈ ਨਹੀਂ ਮੇਰੀ ਬੇਨਤੀ ਤਾਂ ਸੁਣ ਲਓ ਨਾ ਉਸ ਤੋਂ ਬਾਅਦ ਅਟਲ ਬਿਹਾਰੀ ਵਾਜਪਾਈ ਜੀ ਲੈ ਕੇ ਗਏ ਇੱਕ ਉਹਦੇ 'ਚ ਕਰਤਾਰਪੁਰ ਕੋਰੀਡੋਰ ਦਾ ਏਜੰਡਾ ਵੀ ਸੀਗਾ ਉਸ ਤੋਂ ਬਾਅਦ ਡਾਕਟਰ ਮਨਮੋਹਨ ਸਿੰਘ ਨੇ ਇਨੀਸ਼ੀਏਟਿਵ ਲਿਆ ਫਿਰ ਕੈਪਟਨ ਅਮਰਿੰਦਰ ਸਿੰਘ ਵੀ ਜਦੋਂ ਗਏ ਆ ਪਰਵੇਜ਼ ਇਲਾਹੀ ਦੇ ਇਨਵੀਟੇਸ਼ਨ 'ਤੇ ਇਹਨਾਂ ਨੇ ਵੀ ਲਿਆ ਜਦੋਂ ਨਵਜੋਤ ਸਿੱਧੂ ਗਏ ਹੈ ਉਹਨਾਂ ਦੇ ਮਿਲਟਰੀ ਚੀਫ ਨੇ ਇਹਨਾਂ ਨੂੰ ਦੱਸਤਾ ਕਿ ਅਸੀਂ ਇਹ ਕਰ ਰਹੇ ਹਾਂ ਉਹਨਾਂ ਨੇ ਆਣ ਕੇ ਨੇਸ਼ਨ ਨੂੰ ਇਹ ਜਾਣਕਾਰੀ ਦੇ ਦਿੱਤੀ ਕਿ ਭਾਈ ਉਹ ਆ ਇਨੀਸ਼ੀਏਟਿਵ ਲੈ ਰਹੇ ਆ ਔਰ ਇਹਨੂੰ ਸਾਰਿਆਂ ਨੂੰ ਕ੍ਰੈਡਿਟ ਦੀ ਜੰਗ ਵਿੱਚ ਨਵਜੋਤ ਸਿੰਘ ਸਿੱਧੂ ਫਸ ਗਏ ਨਹੀਂ ਸਿੱਧੂ ਫਿਰ ਸਿਰਫ ਡਾਕੀਆ ਸੀ ਹਾਏ ਹਾਏ ਸਿੱਧੂ ਪੋਸਟਮੈਨ ਸੀ ਨਹੀਂ ਨੋ ਪੋਸਟਮੈਨ ਸੀ ਪਰ ਜਿਹੜੀ ਇਸ ਤਰੀਕੇ ਨੇ ਦੱਸ ਰਹੇ ਹੋ ਨਹੀਂ ਨਹੀਂ ਜੋ ਸਟੈਪ ਵਾਈਜ਼ ਜਿਹਦਾ ਜਿੰਨਾ ਰੋਲ ਨਵਜੋਤ ਸਿੰਘ ਦਾ ਯੋਗਦਾਨ ਹੈ ਬਿਲਕੁਲ ਹੈ ਬਿਲਕੁਲ ਨਹੀਂ ਆਈ ਟੈਲ ਯੂ ਨਵਜੋਤ ਦਾ ਕੀ ਰੋਲ ਸੀ ਇਹਨਾਂ ਨੇ ਬਿਲਕੁਲ ਠੀਕ ਗੱਲ ਕੀਤੀ ਹੈ ਕਿ ਪ੍ਰਾਈਮ ਮਿਨਿਸਟਰ ਕਾਂਗਰਸ ਐਂਡ ਬੀਜੇਪੀ ਇੰਕਲੂਡਿੰਗ ਵਾਜਪਾਈ ਸਾਹਿਬ ਨੇ ਇਨੀਸ਼ੀਏਟਿਵ ਲਿੱਤਾ ਔਰ ਮੋਦੀ ਸਾਹਿਬ ਰਿਗਰੈਟਿਵਲੀ ਇੱਕ ਵਾਰੀ ਵੀ ਇਨੀਸ਼ੀਏਟਿਵ ਨਹੀਂ ਲਿੱਤਾ ਸਾਢੇ 4 ਸਾਲਾਂ ਵਿੱਚ ਇੱਕ ਚਿੱਠੀ ਨਹੀਂ ਲਿਖੀ ਕਰਤਾਰਪੁਰ ਬਾਰੇ ਸੋ ਆਈ ਥਿੰਕ ਮੋਦੀ ਸਾਹਿਬ ਦੇ ਦਿਲ ਵਿੱਚ ਕੁਛ ਹੋਰ ਹੈ ਬੋਲਦੇ ਕੁਛ ਹੋਰ ਨੇ ਬਟ ਆਈ ਥਿੰਕ ਨਵਜੋਤ ਸਿੱਧੂ ਦਾ ਰੋਲ ਇਨ ਕਰਤਾਰਪੁਰ ਇਜ਼ ਦੈਟ ਹੀ ਵਾਜ਼ ਅ ਕੈਟਲਿਸਟ ਹੀ ਵਾਜ਼ ਅ ਵੈਰੀ ਇੰਪੋਰਟੈਂਟ ਕੈਟਲਿਸਟ ਜਿਹੜਾ ਮੋਮੈਂਟਮ ਬਿਲਡ ਹੋਇਆ ਸੀ ਓਵਰ ਦ ਡੈਕੇਡਸ ਉਹਨਾਂ ਨੇ ਕੈਟਲਾਈਜ਼ ਕੀਤਾ ਔਰ ਉਹਨਾਂ ਦਾ ਰੋਲ ਇਹ ਵੀ ਸੀਗਾ ਕਿ ਆਫਟਰ ਹੀ ਕੇਮ ਬੈਕ ਉਹਨਾਂ ਦੀ ਬੜੀ ਕ੍ਰਿਟਿਸਿਜ਼ਮ ਹੋਈ ਗਵਰਨਮੈਂਟ ਆਫ ਇੰਡੀਆ ਨੇ ਵੀ ਚੁੱਪ ਹੋ ਗਏ ਦੇ ਡਿਡ ਨੋਟ ਰਿਸਪੋਂਡ ਟੂ ਇਨ ਇਨੀਸ਼ੀਏਟਿਵ ਬਟ ਹੀ ਸਟਕ ਟੂ ਹਿਸ ਗਨਸ ਕਿ ਨਹੀਂ ਇਹ ਹੋਣਾ ਚਾਹੀਦਾ ਔਰ ਗਵਰਨਮੈਂਟ ਆਫ ਇੰਡੀਆ ਅਲਟੀਮੇਟਲੀ ਹੈਡ ਟੂ ਕਮ ਡਾਊਨ ਟੂ ਦ ਪੋਜੀਸ਼ਨ ਕਿ ਸਾਨੂੰ ਇਹ ਕੋਰੀਡੋਰ ਖੋਲ੍ਹਣਾ ਚਾਹੀਦਾ ਮੈਨੂੰ ਹੁਣ ਜੋ ਇਹ ਐਪਰੀਹੈਂਸ਼ਨ ਲੱਗ ਰਹੀ ਹੈ ਕਿ ਜਿਹੜੇ ਪ੍ਰਧਾਨ ਮੰਤਰੀ ਜੀ ਦੀ ਸਟੇਟਮੈਂਟ ਆਈ ਹੈ ਪਰਸੋਂ ਕਿ ਟਾਈਮ ਫੋਰ ਟਾਕਸ ਵਿਦ ਪਾਕਿਸਤਾਨ ਇਜ਼ ਓਵਰ ਅਤੇ ਇਹ ਸਾਡਾ ਜਿਹੜਾ ਕਰਤਾਰਪੁਰ ਸਾਹਿਬ ਕੋਰੀਡੋਰ ਉੱਪਰ ਮੋਡੈਲਿਟੀਜ਼ ਆਪਾਂ ਵਰਕਆਊਟ ਕਰਨੀਆਂ ਹੈ ਬਿਟਵੀਨ ਪਾਕਿਸਤਾਨ ਐਂਡ ਇੰਡੀਆ ਕਿਤੇ ਉਹ ਇਸ ਪੂਰੀ ਪੋਲਰਾਈਜੇਸ਼ਨ ਔਰ ਜਿਹੜੀ ਐਸਕਰੇਟਿੰਗ ਟੈਨਸ਼ਨ ਵਿੱਚ ਕਦੇ ਫਸ ਤਾਂ ਨਹੀਂ ਜਾਣਗੀਆਂ ਕਿਉਂਕਿ ਪਾਕਿਸਤਾਨੀ ਡੈਲੀਗੇਸ਼ਨ ਨੇ March 14 ਨੂੰ ਆਉਣਾ ਇੱਥੇ ਔਰ ਤੁਹਾਨੂੰ ਪਤਾ ਮਾਹੌਲ ਇਹ ਹਿੰਦੁੱਤਵਾ ਵਾਲੇ ਜਿਹੜੇ ਬਜਰੰਗ ਦਲ ਔਰ ਕੰਪਨੀ ਹੈਗੇ ਇਹ ਜਾ ਕੇ ਉੱਥੇ ਐਫਜੀਜ਼ ਬਰਨ ਕਰਨ ਲੱਗ ਜਾਣ ਆਪ ਕੈਸੇ ਬਾਤ ਕਰੋਗੇ ਯੂ ਨੋ ਅਤੇ ਕਰਤਾਰਪੁਰ ਸਾਹਿਬ ਕਿਉਂਕਿ ਫੰਡਾਮੈਂਟਲੀ ਅਲਾਈਨਮੈਂਟ ਨਹੀਂ ਮੈਚ ਕਰ ਰਹੀ ਉਹਨਾਂ ਦੀ ਅਲਾਈਨਮੈਂਟ ਬਾਰਡਰ 'ਤੇ ਇੱਕ ਸਾਈਡ ਹੈ ਪਾਸਪੋਰਟ 'ਤੇ ਵੀਜ਼ਾ 'ਤੇ ਨਹੀਂ ਸਾਡੀ ਅਲਾਈਨਮੈਂਟ ਹੋ ਰਹੀ 9 to 5 ਪਾਕਿਸਤਾਨ ਅਲਾਓ ਕਰ ਰਿਹਾ ਸਿਰਫ 15 ਬੰਦੇ ਇਨ ਦਾ ਡੈਲੀਗੇਸ਼ਨ ਇਨ ਵਨ ਗਰੁੱਪ ਓਨਲੀ 15 ਪਾਕਿਸਤਾਨ ਇਜ਼ ਅਲਾਇੰਗ ਅੱਛਾ ਪਾਕਿਸਤਾਨ ਦਾ ਇਹ ਕੈਪਟਨ ਅਮਰਿੰਦਰ ਨੇ ਵੀ ਓਬਜੈਕਸ਼ਨ ਰੇਜ਼ ਕੀਤੇ SGPC ਦੇ ਚੀਫ ਨੇ ਵੀ
ਨਾ ਆਲ ਦੀਸ ਥਿੰਗਸ ਹੈਵ ਟੂ ਬੀ ਵਰਕਡ ਆਊਟ ਅਗਰ ਦੋਨੋਂ ਕੰਟਰੀਜ਼ 'ਚ ਟੈਨਸ਼ਨ ਹੀ ਨਹੀਂ ਹੋ ਗਈ ਤਾਂ ਕਰਤਾਰਪੁਰ ਸਾਹਿਬ ਦੇ ਉੱਪਰ ਇੱਕ ਕੁਐਸਚਨ ਮਾਰਕ ਆ ਰਿਹਾ ਹੈ। ਨੀਲ ਗਰਗ, ਆਮ ਆਦਮੀ ਪਾਰਟੀ ਕੀ ਸੋਚਦੀ ਹੈ ਨਵਜੋਤ ਸਿੰਘ ਸਿੱਧੂ ਕਿਸੇ ਪ੍ਰੋਪੇਗੰਡਾ ਦਾ ਸ਼ਿਕਾਰ ਹੋ ਰਹੇ? ਬਿਲਕੁਲ, ਇਸ ਨੂੰ ਜਾਣੀ ਕਿ ਕਿਉਂਕਿ ਜਿਹੜੀ ਬੀਜੇਪੀ ਹੈ ਜਿਹਦੇ ਅਲਾਈਜ਼ ਨੇ ਉਹ ਪ੍ਰੋਪੇਗੰਡਾ ਮਾਸਟਰ ਹੈਗੇ ਹੈ, ਠੀਕ ਹੈ, ਤਾਂ ਉਹ ਇਸ ਮੁੱਦੇ ਨੂੰ ਯੂਜ਼ ਕਰ ਰਹੇ ਹੈ। ਜਦਕਿ ਜਿਹੜੀ ਜੇ ਜਿਸ ਮੁੱਦੇ ਨੂੰ ਲੈ ਕੇ ਜਿੱਦਾਂ ਕੱਲ੍ਹ ਤੁਸੀਂ ਦੇਖਿਆ ਵਿਧਾਨ ਸਭਾ ਦੇ ਵਿੱਚ ਵੀ ਕੋਈ ਜਾਣੀ ਕਿ ਪਰਸੋਂ ਬਹੁਤ ਹੱਲਾ ਗੁੱਲਾ ਹੋਇਆ ਤਾਂ ਉੱਥੇ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਵੀ ਆਖਿਆ, ਉੱਥੇ ਮਜੀਠੀ ਹੋਰੀ ਇਹ ਵੀ ਕਹਿੰਦੇ ਸੀ ਕਿ ਤੁਸੀਂ ਪਾਕਿਸਤਾਨ ਗਏ, ਤੁਹਾਡੇ ਮਿੱਤਰ ਨੇ, ਅਤੇ ਉਹਨਾਂ ਨੇ ਬੀਬਾ ਹਰਸਿਮਰਤ ਬਾਦਲ ਵੀ ਤਾਂ ਉੱਥੇ ਗਏ ਸੀ, ਸਾਰੇ ਉੱਥੇ ਜਾਂਦੇ ਹੈਗੇ ਆ, ਉਹਨਾਂ ਦੀ ਵੀ ਫੋਟੋ ਉੱਥੇ ਹੈਗੀ ਹੈ। ਇਹ ਸਿਰਫ ਅਤੇ ਸਿਰਫ ਪ੍ਰੋਪੇਗੰਡਾ ਹੈਗਾ ਔਰ ਇਹ ਪ੍ਰੋਪੇਗੰਡਾ ਕਰਕੇ ਜਿਹੜੇ ਅਸਲ ਮੁੱਦੇ ਹੈਗੇ ਆ, ਅਸਲ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਹਟਾਇਆ ਜਾ ਰਿਹਾ। ਅੱਜ ਕੋਈ ਬੇਰੁਜ਼ਗਾਰੀ ਦੀ ਗੱਲ ਨਹੀਂ ਕਰਦਾ, ਅੱਜ ਕੋਈ ਰਾਫੇਲ ਦੀ ਗੱਲ ਨਹੀਂ ਕਰਦਾ, ਅੱਜ ਕੋਈ ਈਵੀਐਮ ਦੀ ਗੱਲ ਨਹੀਂ ਕਰਦਾ, ਅਤੇ ਅੱਜ ਕੋਈ 15 ਲੱਖ ਦੀ ਗੱਲ ਨਹੀਂ ਕਰਦਾ। ਉਹ ਸਾਰਾ ਕੁਝ ਇਹਨਾਂ ਨੇ ਰਾਸ਼ਟਰਵਾਦਤਾ ਦੇ ਨਾਂ ਦੇ ਉੱਤੇ ਉਸਨੂੰ ਖਤਮ ਕਰ। ਠੀਕ ਹੈ, ਡਾਕਟਰ ਸੰਧੂ, ਲਾਸਟ ਆਨਸਰ ਤੁਹਾਡਾ ਚਾਹੀਦਾ, ਕਰਤਾਰਪੁਰ ਲਾਂਘੇ ਕਰਕੇ ਨਵਜੋਤ ਸਿੰਘ ਸਿੱਧੂ ਨਿਸ਼ਾਨੇ 'ਤੇ ਆ ਜਾਂ ਨਵਜੋਤ ਸਿੱਧੂ ਨੇ ਜਿਹੜਾ ਬਿਆਨ ਦਿੱਤਾ ਸਿਰਫ ਉਸ ਕਰਕੇ ਨਿਸ਼ਾਨੇ 'ਤੇ? ਦੇਖੋ ਜੀ, ਉਹਦੇ 'ਚ ਕਈ ਫੈਕਟਰ ਹੈ ਨਿਸ਼ਾਨੇ ਦੇ ਉੱਪਰ ਹੋਣ 'ਤੇ। ਇੱਕ ਜਿਵੇਂ ਮਨੋਰਟੀ ਦੀ ਗੱਲ ਆਈ ਹੈ, ਇਹ ਵੀ ਇੱਕ ਇਸ਼ੂ ਬਣ ਜਾਂਦਾ। ਇਹ ਵੀ ਹੈ ਵੀ ਕਰਤਾਰਪੁਰ ਕੋਰੀਡੋਰ ਵਾਲੇ ਮਾਮਲੇ 'ਚ ਬੀਜੇਪੀ ਆਪਣੇ ਆਪ ਨੂੰ ਬੁਰੀ ਤਰ੍ਹਾਂ ਆਈਸੋਲੇਸ਼ਨ ਦੇ ਵਿੱਚ ਰਹੀ ਹੈ ਔਰ ਉਹਦਾ ਮਨ ਨਹੀਂ ਸੀ ਕਰਦਾ ਵੀ ਇਹ ਜਿਹੜਾ ਮਤਲਬ ਕਰਤਾਰਪੁਰ ਲਾਂਘਾ ਖੁੱਲ੍ਹੇ। ਇਸ ਕਰਕੇ ਵੀ ਉਹ ਸਮਝਦੇ ਆ ਇਸ ਨੂੰ, ਇਸ ਕਰਕੇ ਵੀ ਹੈ ਵੀ ਕਾਂਗਰਸ ਫਿਰ ਖੁੱਲ੍ਹ ਕੇ ਨਵਜੋਤ ਜੀ ਯਾਰ ਇਦੋਂ ਵੱਡਾ ਮਾਣ ਸਨਮਾਨ ਕਾਂਗਰਸ ਨਵਜੋਤ ਸਿੰਘ ਸਿੱਧੂ ਨੂੰ ਕੀ ਦੇ ਦੂਗੀ ਕਿ ਡਾਕਟਰ ਮਨਮੋਹਨ ਸਿੰਘ ਦੇ ਬੋਲਣ ਤੋਂ ਬਾਅਦ ਉਹਦੇ ਵੱਡੇ ਸੈਸ਼ਨ ਦੇ ਵਿੱਚ ਉਹਨਾਂ ਨੂੰ ਬੁਲਾਇਆ ਗਿਆ? ਤੁਸੀਂ ਤਾਂ ਬਾਰ ਬਾਰ ਐਵੇਂ ਕਾਂਗਰਸ ਨੂੰ ਸੀਐਮ ਸਾਹਿਬ ਤੇ ਸਪੋਰਟ ਨਹੀਂ ਕਰਦੇ ਜੀ, ਸੀਐਮ ਸਾਹਿਬ ਕਿਤੇ ਹੋਰ ਖੜੇ। ਮੈਨੂੰ ਕਹਿ ਰਹੇ ਹੋ ਤੁਸੀਂ, ਦੱਸ ਦਿਓ ਫਿਰ ਤੁਸੀਂ ਦੱਸ ਦਿਓ ਕੀ ISI ਤੇ ਪਾਕਿਸਤਾਨ ਦਾ ਹੱਥ ਹੈਗਾ ਜਿਹੜੇ ਸ਼ਹੀਦ ਹੋਏ? ਮੈਂ ਤੁਹਾਨੂੰ ਪੁੱਛਦਾ ਬਾ, ਇਹਦਾ ਜਵਾਬ ਦਿਓ। ਉਹ ਤਾਂ ਹੈ ਉਹਦੇ ਚ ਕੋਈ ਤੋਂ ਰਹੇ ਨਹੀਂ, ਤੁਸੀਂ ਉਹਨੂੰ ਸਪੋਰਟ ਥੋੜੀ ਕਰ ਰਹੇ ਹੋ, ਜੰਟ ਉਲਟ ਬੋਲ ਰਹੇ ਹੋ। ਮੈਂ ਕਿਉਂ ਉਲਟ ਬੋਲ ਰਿਹਾ? ਉਲਟੀ ਹੋ ਗਿਆ, ਉਹ ਕਹਿੰਦਾ ਹੈ ਹੀ ਨਹੀਂ, ਉਹ ਕਹਿੰਦਾ ਪਾਕਿਸਤਾਨ ਦਾ ਹੱਥ ਹੀ ਨਹੀਂ ਚਾਹੀਦੇ ਨਵਜੋਤ ਸਿੰਘ ਸਿੱਧੂ ਹਾਲਾਤ ਐਸੇ ਬਣਾ ਦਿੱਤੇ ਗਏ ਹੈ ਬਾਈ ਦਾ ਬੀਜੇਪੀ ਐਂਡ ਦੇਅਰ ਯੂ ਨੋ ਸਪੋਰਟਰਸ ਔਰ ਜਿੰਨੇ ਵੀ ਉਹਨਾਂ ਦੇ ਆਈਡੀਆਲੋਜਸ ਹੈ। ਨਹੀਂ, ਸਰਕਮਸਟੈਂਸ ਤਾਂ ਹੈ, ਨਵਜੋਤ ਸਿੰਘ ਨੇ ਗਲਤ ਕਿਹਾ ਕਿ ਸਹੀ ਕਿਹਾ? ਬੀਜੇਪੀ ਦੀ ਗੱਲ ਹੀ ਹੋਰ ਨਿਕਲ ਕੇ ਆ ਰਹੀ ਹੈ। ਨਵਜੋਤ ਸਿੰਘ ਸਿੱਧੂ ਨੇ ਇਸ ਗੱਲ ਨੂੰ ਪੈਸੀਫਾਈ ਕਰਨ ਦੀ ਕੋਸ਼ਿਸ਼ ਕੀਤੀ ਆ ਵੀ ਜਿਹੜੀ ਵਾਰ ਆ ਤੁਸੀਂ ਸ਼ੁਰੂ ਕਰ ਸਕਦੇ ਹੋ, ਐਂਡ ਨਹੀਂ ਤੁਸੀਂ ਕਰ ਸਕਦੇ। ਰਿਪੀਟਡਲੀ ਆਰਟੀਕਲਸ ਆ ਰਹੇ ਆ ਬੜੇ ਬੜੇ ਅਖਬਾਰਾਂ 'ਚ, ਬੜੇ ਜਿਹੜੇ ਸੀਰੀਅਸ ਜਰਨਲਿਸਟ ਆ ਉਹ ਇਹ ਗੱਲ ਨੂੰ ਪੁਆਇੰਟ ਆਊਟ ਕਰ ਰਹੇ ਆ ਵੀ ਲੜਾਈ ਦਾ ਹਿਸਟੀਰੀਆ ਮਤ ਕ੍ਰੀਏਟ ਕਰੋ, ਯੂ ਕੈਨ ਸਟਾਰਟ ਇਟ ਬਟ ਯੂ ਕੈਨ ਨਾਟ ਐਂਡ ਇਟ। ਨਵਜੋਤ ਸਿੱਧੂ ਆਪਦੇ ਆਪ ਨੂੰ ਸ਼ਾਂਤੀ ਦਾ ਦੂਤ ਕਹਿਣਾ ਚਾਹੁੰਦੇ ਆ? ਹਾਂ, 2 ਸੈਕਿੰਡ ਦੇ ਦਿਓ ਜੀ ਬਸ। ਉਹ ਆਪਣੇ ਆਪ ਨੂੰ ਬਿਲਕੁਲ ਸ਼ਾਂਤਮਈ ਸਿਚੁਏਸ਼ਨ ਕ੍ਰੀਏਟ ਕਰਨੀ ਚਾਹੁੰਦੇ ਸੀ, ਬਟ ਹੀ ਹੈਡ ਟੋਟਲ ਸਿੰਪਥੀਜ਼ ਫਾਰ ਦੀਸ 44 ਇਨੋਸੈਂਟ ਪੀਪਲ ਹੂ ਹੈਵ ਬੀਨ ਕਿਲਡ। ਗਰਗ ਸਾਹਿਬ ਨੇ, ਸੰਧੂ ਸਾਹਿਬ ਨੇ ਜਿਹੜੀ ਗੱਲਾਂ ਕੀਤੀਆਂ, ਮੈਨੂੰ ਤਾਂ ਇਹ ਲੱਗਦਾ ਜਿਹੜੀ ਇਹ ਗੱਲ ਵੱਲ ਜਾ ਰਹੇ ਆ ਇਹਨਾਂ ਸਾਰਿਆਂ ਦਾ ਕਹਿਣ ਦਾ, ਸ਼ਾਇਦ ਇਹ ਮਤਲਬ ਹੈ ਵੀ ਆ ਜਿਹੜੇ ਸ਼ਹੀਦ ਹੋਏ ਇਹ ਮੋਦੀ ਸਾਹਿਬ ਨੇ ਆਪ ਹੀ ਕਰਵਾਇਆ। ਆਈ ਥਿੰਕ ਨਵਜੋਤ ਦੀ ਜਿਹੜੀ ਕਰਤਾਰਪੁਰ ਇਨੀਸ਼ੀਏਟਿਵ ਨਾਲ ਜਿਹੜੀ ਉਹਨਾਂ ਨੂੰ ਸੋਲੀਡੈਰਿਟੀ ਔਰ ਸਪੋਰਟ ਮਿਲੀ ਹੈ ਫਰੋਮ ਦਾ ਸਿੱਖ ਕਮਿਊਨਿਟੀ, ਨਨ ਆਫ ਹਿਸ ਪੋਲੀਟੀਕਲ ਰਾਈਵਲਸ ਇਨ ਪੰਜਾਬ ਜਾਂ ਓਪੋਜੀਸ਼ਨ ਪਾਰਟੀ ਦੇ ਹੋਣ ਜਾਂ ਕਾਂਗਰਸ ਦੇ ਵਿੱਚ ਹੋਣ, ਉਹ ਇਹ ਚੀਜ਼ ਨੂੰ ਪਸੰਦ ਕੀਤਾ ਐਟ ਆਲ। ਔਰ ਇਸ ਹੱਦ ਤੱਕ ਕਿ ਅਗਰ ਕਰਤਾਰਪੁਰ ਸਾਹਿਬ ਕੋਰੀਡੋਰ ਫੇਲ ਹੋ ਗਿਆ ਤਾਂ ਇਹ ਜਿਹੜੇ ਪੋਲੀਟੀਸ਼ਨ ਨੇ ਅੰਦਰੋਂ ਦਿਲੋਂ ਖੁਸ਼ ਹੋਣਗੇ। ਚਲੋ, ਬਹੁਤ ਧੰਨਵਾਦ ਵਿਕਰਮ ਜੀ ਤੁਹਾਡਾ, ਡਾਕਟਰ ਲੋ ਤੁਹਾਡਾ, ਤਾਰਾ ਸੰਧੂ ਤੁਹਾਡਾ, ਸਤਿੰਦਰ ਗਿੱਲ ਤੁਹਾਡਾ, ਨੀਲ ਗਰਗ ਤੁਹਾਡਾ। ਸਿੱਧੂ ਦਾ ਵਿਰੋਧ ਕਰਨਾ ਕਿਹੜਾ ਮਸਲਾ ਹੱਲ ਹੋ ਜਾਵੇਗਾ? ਨਵਜੋਤ ਸਿੰਘ ਸਿੱਧੂ ਨੇ ਕੀ ਗਲਤ ਕਿਹਾ, ਕੀ ਸਹੀ ਕਿਹਾ, ਤੁਸੀਂ ਸਾਰੇ ਫੈਸਲਾ ਕਰ ਸਕਦੇ ਹੋ। ਸਿਆਸਤਦਾਨਾਂ ਦਾ ਆਪਣੇ ਏਜੰਡਾ ਹੁੰਦਾ, ਪਰ ਅਸੀਂ ਇੱਕੋ ਸਵਾਲ ਕੀਤਾ ਸੀ ਕਿਹੜੇ ਸਿਆਸੀ ਏਜੰਡੇ ਦੇ ਵਿੱਚ ਸਿੱਧੂ ਘਿਰੇ ਆ। ਇਹ ਸਿੱਧੂ ਸਾਹਿਬ ਆਪੇ ਜਵਾਬ ਦੇ ਦੇਣਗੇ ਕਿ ਕਿਹੜੇ ਸਿਆਸੀ ਏਜੰਡੇ ਵਿੱਚ ਘਿਰੇ ਹੈਗੇ ਆ, ਕਿਉਂਕਿ ਨਵਜੋਤ ਸਿੱਧੂ ਨੂੰ ਤਾਂ ਆਪਣੇ ਵੀ ਸਵਾਲ ਪੁੱਛ ਰਹੇ ਹੈਗੇ ਆ ਕਿ ਇਮਰਾਨ ਖਾਨ ਨੂੰ ਜਾ ਕੇ ਕਹਿ ਦਿਉ ਕਿ ਉਹ ਇੱਧਰ ਹਮਲੇ ਨਾ ਕਰਵਾਇਆ ਕਰਨ, ਪਰ ਸਵਾਲ ਇੱਥੇ ਆ ਕੇ ਇਹ ਰੁਕਦਾ ਹੈਗਾ ਕਿ ਨਵਜੋਤ ਸਿੰਘ ਸਿੱਧੂ ਨਿਸ਼ਾਨੇ 'ਤੇ ਕਿਉਂ ਹੈਗੇ? ਨਵਜੋਤ ਸਿੰਘ ਸਿੱਧੂ ਦਾ ਕੱਦ ਇਸ ਸਭ ਦੇ ਨਾਲ ਉੱਚਾ ਹੋ ਰਿਹਾ ਕਿ ਨੀਵਾਂ ਹੋ ਰਿਹਾ? ਇਹ ਫੈਸਲਾ ਭਵਿੱਖ ਦੀ ਗੋਦ ਵਿੱਚ ਪਿਆ, ਪਰ ਨਿਸ਼ਾਨੇ 'ਤੇ 2019 ਹੈਗਾ ਅਤੇ ਜੰਗ ਕੋਈ ਨਹੀਂ ਚਾਹੁੰਦਾ ਗਾ, ਅਸੀਂ ਵੀ ਨਹੀਂ ਚਾਹੁੰਦੇ ਜੰਗ ਹੋਵੇ, ਸ਼ਾਂਤੀ ਰਹਿਣੀ ਚਾਹੀਦੀ ਦੋਹਾਂ ਮੁਲਕਾਂ ਦੇ ਵਿਚਾਲੇ। ਪਰ ਜਿਹੜੇ ਜੰਗ ਕਹਿੰਦੇ ਪਏ ਹੈਗੇ ਆ ਅਤੇ ਅਸੀਂ ਤਾਂ ਇਹ ਕਹਿੰਦੇ ਹੈਗੇ ਆ ਕਿ ਉਹ ਜਾ ਕੇ ਸਰਦਾਂ 'ਤੇ ਆਪ ਖੜ੍ਹੇ ਹੋ ਜਾਣ ਅਤੇ ਉਹ ਜਾ ਕੇ ਉੱਥੇ ਦੇਖ ਲੈਣ ਕਿ ਜੰਗ ਦਾ ਮੂੰਹ ਜਾਂਦਾ ਕਿੱਧਰ ਨੂੰ ਹੈਗਾ, ਅਤੇ ਸਭ ਤੋਂ ਜ਼ਿਆਦਾ ਨੁਕਸਾਨ ਪੰਜਾਬ ਅਤੇ ਪੰਜਾਬੀਆਂ ਦਾ ਹੋਇਆ, ਅਤੇ ਪੰਜਾਬ ਅਤੇ ਪੰਜਾਬੀ ਜਦੋਂ ਇਸ ਮੁੱਦੇ 'ਤੇ ਸੋਚਦੇ ਆ ਜੰਗ ਸ਼ਬਦ ਸੋਚ ਕੇ ਵੀ ਉਹਨਾਂ ਨੂੰ ਡਰ ਲੱਗਦਾ, ਚਾਹੇ ਉਹ ਸਟੂਡੀਓ 'ਚ ਕਿਉਂ ਨਾ ਬੈਠੇ ਹੋਣ। ਬਹੁਤ ਧੰਨਵਾਦ।